já me firro. ਲੈ ਅੱਜ ਫੇਰ ਨੂੰ ਮੇਲਾ ਦਾ ਕੁੱਟ ਰਿਹਾ, ਦੇਖ ਕਿਵੇਂ ਚੀਕਾਂ ਮਾਰਦੀ ਹੈ। ਇਹ ਤਾਂ ਜਾਨਵਰ ਬਣ ਗਿਆ ਜਾਨਵਰ। ਦੱਸ ਗੇਟ ਖੋਲ ਦੇ ਭਾਈ, ਕਿਸੇ ਨੂੰ ਦੇਖ ਲੈਣਾ ਮੈਂ ਅੱਜ। ਗੇਟ ਖੋਲ ਪੁੱਤ। ਕੀ ਹੋਇਆ ਹੈ? ਹੋਇਆ ਕੀ? ਮੂਰੇ ਬੋਲ ਦਿਆ ਤੇਰੇ। ਕੀ ਕਰਦਾ ਹੈ ਚੋ ਮਾਰ ਕੇ ਇਹਨੂੰ ਕੱਢੇਗਾ। ਇਹਨੂੰ ਕਿੰਨੀ ਵਾਰ ਕਹਾ ਮੇਰੇ ਮੂਰੇ ਨਾ ਬੋਲਿਆ ਕਰ, ਜਵਾਨ ਲੜਾਉਂਦੀ ਹੈਗੀ। ਇਹ ਤਾਂ ਮਾਰਨਾ ਜ਼ਰੂਰੀ ਹੈ। ਬੱਜ ਬੱਜ ਬੱਸ ਹਟ ਜਾ। ਆਈ ਨਹੀਂ ਕਰਦੇ ਹੁੰਦੇ, ਇਹ ਤਾਂ ਮਾਰ ਕੇ ਕੱਢੇਗਾ ਵੀ ਕੀ। ਸਮਝਾ ਦਿਆ ਕਰੋ ਇਹਨੂੰ। ਸਮਝਾ ਦੂੰਗੀ ਮੈਂ, ਤੂੰ ਇਹਨੂੰ ਮਾਰਦੀ, ਤੂੰ ਜਾ ਕੇ ਜੇਲ੍ਹ 'ਚ ਬਹਿ ਜਾਈ, ਘਰ ਹੋ ਜਾਊਗਾ ਬਰਬਾਦ। ਕਿਹਨੂੰ ਕਹੇਗਾ ਫਿਰ? ਮੰਮੀ ਮੈਂ ਕੁਛ ਨਹੀਂ ਕਿਹਾ ਹੈਗਾ। ਕੁਛ ਨਹੀਂ ਕਿਹਾ ਤੈਂ? ਕੁਛ ਨਹੀਂ ਕਿਹਾ? ਵੇ ਚੱਲ ਜੇ ਕਹਿ ਵੀ ਦਿੱਤਾ ਫਿਰ ਕੀ ਹੋ ਗਿਆ? ਕਿਉਂ ਕਿਉਂ ਕਹੂਗੀ? ਕਾਹਦੇ ਕੋਲ ਮੂਰੇ ਬੋਲੂਗੀ ਮੇਰੇ ਹੁਣੇ? ਤਾਂ ਲੈ ਕੇ ਆਇਆ ਨੂੰ ਮੈਂ। ਨਹੀਂ ਬੋਲਦੀ ਮੂਰੇ, ਇੰਨਾ ਨਹੀਂ ਗੁੱਸਾ ਕਰਦੇ ਹੁੰਦੇ ਪੁੱਤ, ਤੇਰੇ ਤਾਂ ਬਹੁਤਾ ਗੁੱਸਾ ਹੈ। ਠੀਕ ਹੈ, ਅੱਗੋਂ ਦੇ ਜੋ ਜਵਾਨ ਲੜੇ ਮੇਰੇ ਨਾਲ ਤਾਂ ਦੇਖ ਲਈ ਫਿਰ। ਮੈਂ ਦੇਖਾਂ, ਮੇਰੇ ਸਾਹਮਣੇ ਹੀ ਨਹੀਂ ਆਉਂਦਾ ਪੁੱਤਣ ਤਾਂ। ਜਾ ਬਸ ਮੈਂ ਸਮਝਾ ਦੇਣੀ ਹਾਂ। ਸਮਝਾ ਦੇ, ਨਹੀਂ ਨਹੀਂ ਦੇਖ ਲਾ ਮੈਂ ਧੱਕੇ ਮਾਰਾਂ ਬਾਹਰ ਕੱਢੂਗਾ ਇਹਨੂੰ। ਕੋਈ ਨਾ, ਜਾ ਭੱਜ ਜਾ ਬਸ ਤੂੰ, ਮੈਂ ਸਮਝਾਉਂਦੀ ਹਾਂ। ਬਾਤ ਨਹੀਂ ਕੋਈ, ਮੈਂ ਕੰਨ ਵਰ ਇੱਕ ਜਿਹਾ ਇੰਟਰੋਡਿਊਸ ਕਰੀ ਫਿਰ। ਭਾਈ ਹਟ ਜਾ ਕਰ ਤੂੰ ਵੀ ਬੋਲਣ ਤੋਂ। ਸਮਝਾ ਦੇ ਨਾ ਬੋਲਿਆ ਕਰ ਮੂਰੇ। ਕਰਮੀਤ ਕੀ ਗੱਲ ਹੋ ਗਈ ਪੁੱਤ, ਮੈਨੂੰ ਦੱਸ। ਮੰਮੀ ਮੈਂ ਤਾਂ ਕੁਛ ਵੀ ਨਹੀਂ ਕਹੇਗਾ, ਉਹੀ ਉਹ ਲੱਗ ਜਾਂਦੇ ਕੁੱਟਣ। ਕਹਿੰਦੇ ਪ੍ਰੈਸ ਨਹੀਂ ਕੀਤੀ, ਲੈ ਮੈਂ ਸਾਰੇ ਕੱਪੜੇ ਪ੍ਰੈਸ ਕਰੇ ਪਏ ਨਾਲੇ। ਕੱਲ ਸ਼ਾਮ ਨੂੰ ਕਰਤਾ ਰਹੀ ਤੂੰ ਪ੍ਰੈਸ ਕੱਪੜੇ, ਕਹਿੰਦੇ ਚਵਾਰ ਕੀ ਨਹੀਂ ਕਰੀ ਹੈਗੀ। ਲੈ ਦੱਸ ਬਸ, ਕੋਈ ਨਾ ਚੁੱਪ ਕਰ ਜਾ। ਮੈਂ ਤਾਂ ਭਾਈ ਤੁਹਾਨੂੰ ਸਮਝਾਉਣੀ ਹੈ, ਨਾ ਕਲੇਸ਼ ਕਰਿਆ ਕਰੋ, ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ। ਮੈਂ ਕਿੰਨਾ ਚਿਰ ਬੈਠੀ ਰਹੂੰਗੀ, ਇਹ ਕੰਮ ਕਰੋਗੇ ਘਰ ਤੇਰਾ ਖਰਾਬ ਹੋ ਜੂ। ਸਮਝ ਕਰ ਲੋ ਪੁੱਤ, ਜੇ ਤੇਰਾ ਘਰ ਬਰਬਾਦ ਹੋ ਗਿਆ ਕੀ ਕਰਾਂਗੇ? ਹੈ, ਕੋਈ ਸਮਝਾਉਂਦਾ ਨੀ ਹੁੰਦਾ, ਲੋਕ ਤਾਂ ਤਮਾਸ਼ਾ ਦੇਖਣ ਵਾਲੇ ਨੇ ਸਭ। ਅੱਛਾ ਮੂਹਰੇ ਨਾ ਬੋਲਿਆ ਕਰ, ਸਿਆਣੀ ਬਣ ਜਾ ਹੁਣ ਤੂੰ। ਚੱਲ ਉੱਠ, ਖੜੀ ਹੋ, ਮੂੰਹ ਹੱਥ ਧੋ ਆਪਣਾ, ਉਹਦਾ ਬਾਗ ਆਪ, ਉਹਦੇ ਚ ਗੁੱਸਾ ਹੀ ਜ਼ਿਆਦਾ ਹੈ, ਤੂੰ ਸਮਾਈ ਰੱਖ ਲਿਆ ਕਰ। ਸਮਝਾਉਂਦੇ ਹੈ ਨੀ, ਲੱਗ ਜਾਂਦੀ ਯਾਰ ਰੋਣ ਫਿਰ। ਓਰੇ ਆ ਓਰੇ। ਹਾਂ ਕਿਆ ਹੋ ਗਿਆ? ਨੂੰ ਨੂੰ ਕਿਉਂ ਕੁੱਟਦਾ ਹੁਣ ਤੂੰ? ਨਾ ਮੇਰੀ ਘਰ ਵਾਲੀ ਮੈਂ ਕੁੱਟਾਂ ਮਾਰਾਂ ਬਾਪੂ, ਤੇਰਾ ਕੀ ਦਖਲ ਹੈ ਵਿੱਚ? ਓਏ ਦਖਲ ਦੀ ਗੱਲ ਕਰਦਾ, ਪੰਜ ਪੱਤਾਂ ਉਹ ਚ ਮਰ ਜੂਗੀ ਵਿਚਾਰੀ, ਸ਼ਰਮ ਕਰ ਲੈ ਕੁਛ, ਅਕਲ ਨੂੰ ਹੱਥ ਮਾਰ ਲੈ। ਅਕਲ ਨੂੰ ਹੱਥ? ਉਹ ਐਂਦਾ ਹੇ ਜਾਂਦੇ ਨਾ, ਸਮਝਾ ਦਿਓ ਫਿਰ ਉਹਨੂੰ, ਉਹਦੇ ਦਿਮਾਗ 'ਚ ਪਾ ਦਿਓ ਕੁਛ, ਮੂਹਰੇ ਬੋਲਦੀ ਹੈ ਮੇਰੇ। ਅੱਛਾ ਤੇਰੇ ਮੂਹਰੇ ਬੋਲਦੀ ਹੈ? ਉਹ ਤੇਰੇ ਮੂਹਰੇ ਕੌਣ ਬੋਲੂ? ਤੇਰੇ ਮੂਹਰੇ ਤਾਂ ਮੈਂ ਨਹੀਂ ਬੋਲ ਸਕਦਾ, ਤੇਰੀ ਮਾਂ ਨਹੀਂ ਬੋਲ ਸਕਦੀ, ਉਹ ਕਿਵੇਂ ਬੋਲੂ ਵਿਚਾਰੀ? ਜੇ ਤੁਸੀਂ ਨਹੀਂ ਬੋਲਦੇ ਫਿਰ ਉਹ ਕਾਹਦੇ ਬੋਲਦੀ ਹੈ ਮੇਰੇ ਮੂਹਰੇ? ਓਏ ਸਾਰਾ ਕੰਮ ਕਰਦੀ ਆ ਉਹ, ਤੂੰ ਹੀ ਨਹੀਂ ਘੱਟ ਹੈਗਾ, ਹੈ ਜਾਨਵਰ ਕਿਸੇ ਥਾਂ ਦਾ, ਸ਼ਰਮ ਕਰ ਲੈ ਸ਼ਰਮ। ਉਹ ਬਾਪੂ ਕਹਿੰਦਾ ਮੈਂ ਤੇਰੇ ਮੂਹਰੇ ਨਹੀਂ ਬੋਲਦਾ, ਦੱਸ ਤੂੰ ਮੈਨੂੰ ਗੱਲਾਂ ਸੁਣਾ ਗਿਆ, ਮੈਂ ਖੜਾ ਹੀ ਬਾਹਰ ਰਹਿਣ, ਤੈਨੂੰ ਠੋਕ ਕੇ ਜਵਾਬ ਦਿੰਦਾ। ਅੱਛਾ ਮੈਂ ਉਹ ਤਾਂ ਮੈਨੂੰ ਪਤਾ ਤੇਰਾ ਜਾਨਵਰ ਦਾ, ਤੇਰਾ ਦਿਮਾਗ ਦੇਖ ਲੈ ਕੇ ਯਾਰ, ਆਪਦਾ ਕੰਮ ਕਰ ਲੈ, ਮੈਨੂੰ ਨਾ ਬੁਲਾਇਆ ਕਰਨ ਵਾਲੇ ਫਾਲਤੂ। ਅੱਛਾ ਉਹ ਮੈਂ ਤਾਂ ਬੁਲਾਉਂਦਾ ਨਹੀਂ ਤੈਨੂੰ ਇਹੋ ਜਿਹੇ ਨੂੰ, ਹੈ ਉਹ ਵਿਚਾਰੀ ਸਾਰਾ ਦਿਨ ਕੰਮ ਕਰਦੀ ਹੈ, ਜਦੋਂ ਕੁੱਟਣ ਬਹਿ ਜਾਂਦਾ ਉਹਨੂੰ ਤੂਏ ਦਿਨ, ਸ਼ਰਮ ਕਰ। ਜਾ ਉਹਦੇ ਕੋਲ ਜਾ, ਜਾ ਸਮਝਾ ਦੇ ਉਹਨੂੰ। ਕੋਈ ਨਹੀਂ ਸਮਝਾ ਦੇ ਗੱਲਾਂ, ਹੈ ਇਹੋ ਜਿਹਾ ਜਾਨਵਰ ਖੜਾ ਮੇਰੇ ਮੂਹਰੇ, ਜਾ ਭੱਗ ਜਾ। ਉਹ ਵਿਚਾਰੀ ਸਾਰਾ ਦਿਨ ਘਰੇ ਕੰਮ ਕਰਦੀ ਰਹਿੰਦੀ ਹੈ, ਮਾੜੀ ਜਿਹੀ ਗੱਲ ਕੀ ਹੋ ਜਾਵੇ, ਜਦੋਂ ਕੁੱਟਣ ਬਹਿ ਜਾਂਦਾ ਸ਼ਰਮ ਨਹੀਂ ਆਉਂਦੀ ਇਹਨੂੰ। ਕਹਿੰਦਾ ਮੂਹਰੇ ਬੋਲਦੀ ਹੈ, ਬੋਲੂ ਤੇਰੇ ਮੂਹਰੇ ਰਾਕਸ਼ਸ ਦੇ ਕੋਈ। ਧੁੱਪਾ ਵੀ ਇੱਥੇ ਤਾਂ ਬਾਹਰੇ ਪੈਣਾ, ਆਹ ਛਾਂ ਜੀ ਵਧੀਆ ਇੱਥੇ ਇੱਕ ਨੂੰ ਬਹਿ ਜਾਂਦਾ, ਹਵਾ ਵੀ ਸੋਹਣੀ ਚੱਲਦੀ ਹੈ। ਚੱਲ ਆਹ ਠੀਕ ਹੈ ਉਰੇ, ਪਤਾ ਨਹੀਂ ਕੁਰਸੀ ਚੱਕੀ ਤੇ ਇੱਥੇ ਅੰਦਰ ਨਹੀਂ ਬੈਠਾ ਜਾਂਦਾ, ਕਦੇ ਕੁਰਸੀ ਲਈ ਉੱਧਰ, ਕਦੇ ਕੁਰਸੀ ਚੱਕੀ ਉੱਧਰ, ਕੀ ਗੱਲ ਹੈ ਇਹ ਭਲਾ? ਉਹ ਇੱਥੇ ਧੁੱਪ ਆ ਗਈ, ਆਹ ਛਾਂ 'ਚ ਬੈਠਣ ਲੱਗਿਆ, ਉੱਥੇ ਧੁੱਪ 'ਚ ਬੈਠਾ ਮੈਂ ਹੁਣ? ਹੁਣ ਵੀ ਤਾਂ ਬੋਲ ਸਕਦਾ ਆਰਾਮ ਨਾਲ, ਐਵੇਂ ਕਾਹਤੋਂ ਬੋਲਦਾ? ਤੂੰ ਵੀ ਤਾਂ ਅੰਦਰ ਤੇ ਇੱਕਣੇ ਬੋਲਦੀ ਆਉਣੀ ਆ, ਲੈ ਸ਼ਾਮੀ ਨਹੀਂ ਤਾਂ ਬੈਠ ਸਕਦਾ, ਫਲਾਣਾ ਨਹੀਂ ਤਾਂ ਕਰ ਸਕਦਾ। ਸਵੇਰੇ ਇੱਕਣੇ ਤੂੰ ਮੁੰਡੇ ਨੂੰ ਬੋਲਦਾ ਸੀ, ਮੇਰੇ ਪੁੱਤਰ ਨੂੰ ਇੱਕਣ ਬੋਲਿਆ ਕਰ ਝਿੜਕ ਝਿੜਕ ਕੇ। ਮੁੰਡਾ ਤੇਰਾ ਬਹੁਤ ਚੱਜਦਾ ਨਾ, ਉਹ ਨੂੰਹ ਨੂੰ ਕੁੱਟਦਾ ਸੀ ਅੰਦਰ, ਬਾਹਰ ਤੱਕ ਵੱਜਾਂ ਆਉਂਦੀਆਂ ਤੀਆਂ, ਉਹਨੂੰ ਸਮਝਾਇਆ ਕਰ ਆਪਣਾ ਮੋਟਾ। ਸਮਝਾਇਆ ਵੈ, ਉਹਨਾਂ ਦੀ ਤਾਂ ਮੀਆਂ ਬੀਵੀ ਦੀ 100 ਵਾਰੀ ਲੜਾਈ ਹੋਊਗੀ, ਤੈਨੂੰ ਕੀ ਲੋੜ ਹੈ ਬੋਲਣ ਦੀ ਵਿੱਚ? ਅੱਛਾ ਲੜਾਈ ਹੋ ਗਈ ਹੈ, ਉਹ ਕੁੱਟ ਕੁੱਟ ਕੇ ਮਾਰ ਦੂ ਉਹਨੂੰ, ਪੰਜ ਪੱਤ ਨਹੀਂ ਤੇਰੀ ਨੂੰਹ 'ਚ, ਗੱਲਾਂ ਕਰਦੀ ਹੈ ਕਿਧਰੇ ਨਹੀਂ ਕੁਛ ਹੁੰਦਾ, ਤੂੰ ਨਾ ਮੇਰੇ ਮੁੰਡੇ ਨੂੰ ਐਂ ਬੋਲਿਆ ਕਰ। ਨਾਲੇ ਗੱਲ ਸੁਣ ਲੈ, ਉਹ ਘਰੇ ਕਰੀ ਜਾਂਦਾ ਇਹ ਮਾਰ ਕੁੱਟ, ਨਾਲੇ ਜੇ ਬਾਹਰ ਕਿਸੇ ਨਾਲ ਪੰਗਾ ਪੈ ਗਿਆ ਨਾ, ਅਗਲਿਆਂ ਨੇ ਵੱਢ ਕੇ ਸਿਰ ਦੇਣਾ ਇੱਥੇ। ਲੈ ਦੇਖ ਲੈ ਕਿਵੇਂ ਬੋਲਦਾ, ਤੂੰ ਵਢਵਾ ਦੇ ਕਹਿ ਕੇ। ਮੈਂ ਨਹੀਂ ਕਹਿੰਦਾ, ਉਹਦੇ ਲੱਛਣ ਇਹੋ ਜਿਹੇ ਆ, ਬੋਲ ਬਾਣੀ ਇਹੀ ਜੀ ਆ ਉਹਦੀ।
ਲੱਛਣ ਕੋਈ ਮਾੜੇ ਨਹੀਂ ਹੈਗੇ ਬਥੇਰਾ ਸਿਆਣਾ ਮੇਰਾ ਪੁੱਤ ਹਾਂ ਹਾਂ ਬਹੁਤ ਸਿਆਣਾ ਐਵੇਂ ਨਾ ਬੋਲੀ ਆਇਆ ਕਰ ਤਾਂ ਰੋਜ਼ ਦੇਖਦਾ ਮੈਂ ਕਿੰਨਾ ਕੁ ਸਿਆਣਾ ਨਾਲੇ ਹੋਰ ਨਾ ਬਹੁਤਾ ਚਮਲਾ ਆ ਜਿੱਦਣ ਤੇਰੀ ਗਰਦਨ ਵੱਡਤੀ ਨਾ ਫਿਰ ਦੇਖੀ ਵਾਲਾ ਦਾਲਾ ਫਿਰ ਤਾਂ ਤੂੰ ਵੀ ਖੁਸ਼ ਹੋ ਜੀ ਜਿਹਦੇ ਮੇਰੀ ਗਰਦਨ ਵੱਡੀ ਗਈ ਤੂੰ ਵਢਵਾ ਨਹੀਂ ਕਹਿ ਕੇ ਨਾਲੇ ਤੂੰ ਠੰਡਾ ਸਿਲਾ ਹੋ ਜੀ ਮੇਰੀ ਗਰਦਨ ਵਢਵਾ ਕੇ ਲੈ ਮੈਂ ਕਿਉਂ ਕਹਿਣਾ ਜਿਹੜੇ ਉਹਦੇ ਲੱਛਣ ਆ ਇਹਦੇ ਨਾਲ ਤਾਂ ਲੱਗਦਾ ਵੀ ਤੇਰੀ ਉਹ ਵੱਡੂ ਪਹਿਲਾਂ ਬਥੇਰਾ ਸਿਆਣਾ ਮੇਰਾ ਪੁੱਤ ਐਵੇਂ ਬੋਲੀ ਜਾਂਦਾ ਤੂੰ ਬਹੁਤ ਸਿਆਣਾ ਮੈਂ ਦੇਖ ਲਿਆ ਅੱਜ ਬਹੁਤ ਸਿਆਣਾ ਜਾਨਵਰ ਹੈ ਜਾਨਵਰ ਜਾਨਵਰ ਲੈ ਦੇਖ ਲੈ ਮੇਰੇ ਪੁੱਤ ਨੂੰ ਜਾਨਵਰ ਕਹਿੰਦਾ ਤਾਂ ਹੀ ਤਾਂ ਉਹ ਭਟਕਦਾ ਜੇ ਜਾਨਵਰ ਕਹਿੰਦਾ ਸਵੇਰੇ ਤੂੰ ਉਹਦੇ ਮੂੰਹ ਤੋਂ ਹੀ ਕਿਹਾ ਜਾਨਵਰ ਮੈਂ ਵੀ ਸੁਣਿਆ ਤਾਂ ਹੀ ਤਾਂ ਉਹ ਤੈਨੂੰ ਬੈਠਣ ਨਹੀਂ ਦਿੰਦਾ ਟਿੱਕੇ ਤਾਂ ਹੀ ਕਹਿੰਦਾ ਵੀ ਬਾਹਰ ਚੱਲ ਇੱਥੋਂ ਉਹ ਮੈਂ ਤਾਂ ਬਾਹਰ ਹੀ ਠੀਕ ਹੈ ਅੰਦਰ ਨਾਲੋਂ ਇਹ ਨਾਲੋਂ ਨਾਲੇ ਜਾਨਵਰ ਵਾਲੀ ਗੱਲ ਇਹ ਉਹ 'ਚ ਹੈ ਸਾਰਾ ਦਿਨ ਤਾਂ ਵੱਡੂ ਖਾਊ ਕਰਦਾ ਰਹਿੰਦਾ ਬੰਦੇ ਵਾਲੀ ਗੱਲ ਹੈ ਉਹ 'ਚ ਕੋਈ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਉਹ ਦੋਏ ਮਾਰ ਕੇ ਧੀਵੀਂ ਕਿਵੇਂ ਮਰਜ਼ੀ ਲੜਨ ਤੈ ਨਹੀਂ ਬੋਲਣਾ ਵਿੱਚ ਕਿਉਂ ਨਹੀਂ ਬੋਲੂੰਗਾ ਹੈ ਮਰਵਾਉਣਾ ਕੋਈ ਜੀ ਉਹਦਾ ਘਰ ਤੇ ਅੱਛਾ ਨੂੰਹ ਤਾਂ ਤੈਨੂੰ ਲਾੜਲੀ ਹੋ ਗਈ ਪੁੱਤ ਕੁਛ ਨਹੀਂ ਓਏ ਪੁੱਤ 'ਚ ਲੱਛਣੇ ਨਹੀਂ ਪੁੱਤ ਵਾਲੇ ਹੈ ਹਰਦਮ ਚੜਿਆ ਰਹਿੰਦਾ ਕੋਈ ਬੈਠ ਕੇ ਚੱਜ ਨਾਲ ਗੱਲ ਕਰਦਾ ਵੀ ਹੋਇਆ ਕੀ ਹੈ ਕੋਈ ਗੱਲ ਨਰਮਾਈ ਨਾਲ ਵੀ ਕਰੀ ਜਾ ਸਕਦੀ ਹੈ ਤੈ ਵੀ ਕਦੇ ਉਹਨੂੰ ਭਾਈ ਭਲੱਪਣ ਨਾਲ ਬੋਲਿਆ ਕਦੇ ਬੋਲਿਆ ਤੂੰ ਉਹਨੂੰ ਪੁੱਤ ਕਹਿ ਕੇ ਯਾਰ ਦੇਖ ਵੱਡੂ ਖਾਂ ਵੱਡੂ ਖਾਂ ਕਰਦਾ ਓ ਜੇ ਚੱਜ ਦਾ ਹੋਵੇ ਉਹਨੂੰ ਪੁੱਤ ਵੀ ਕਹਾਂ ਲਾੜ ਪਿਆਰ ਵੀ ਕਰਾਂ ਪਰ ਇਹਦੇ ਲਾਇਕ ਨਹੀਂ ਹੈਗਾ ਉਹ ਤੇਰੇ ਨਾਲ ਨਹੀਂ ਬੋਲ ਕੇ ਕੋਈ ਜਿੱਤ ਸਕਦਾ ਆਹੋ ਜਾ 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 ਤੂੰ ਕਰਿਆ ਚੁਗਲੀਆਂ ਜਿਹੜੀਆਂ ਕਰਨੀਆਂ ਨਹੀਂ ਜਿੱਤ ਨਹੀਂ ਸਕਦਾ ਤੇਰੇ ਨਾਲ ਬਹੁਤ ਵਧੀਆ ਪੁੱਤ ਹੈ ਤੇਰਾ ਹੈ ਮਹਾਰਾਜਾ ਨਾ ਉਹ ਹਾਂ ਟਾਈਮ ਵੱਡੂ ਖਾਊ ਕਰਦਾ ਕਦੇ ਤਾਂ ਜੀ ਕਰਦਾ ਨਾ ਮੇਰਾ ਵੀ ਥੱਲੇ ਸਿੱਟ ਕੇ ਇਹਨੂੰ ਡਾਂਗਾਂ ਨਾਲ ਕੁੱਟਾਂ ਹੈਂ ਕੀ ਕਰਾਂ ਬੁਢਾਪੇ 'ਚ ਹੁਣ ਚੱਲਦੀ ਵੀ ਹੈ ਨਹੀਂ ਨਾ ਮੇਰੀ ਕਰਮਜੀਤ ਉਹ ਪੁੱਤਾਂ 'ਚ ਚਾਹ ਨਹੀਂ ਕਰੀ ਮੈਂ ਤਾਂ ਚਾਹ ਢੀਕਦਾ ਤਾ ਬਾਹਰ ਆਹ ਕੀ ਹੋ ਗਿਆ ਨਾਲੇ ਥੱਲੇ ਕਾਹਦੇ ਬੈਠੀ ਆ ਤੂੰ ਕੁਛ ਨਹੀਂ ਹੋਇਆ ਬਾਪੂ ਜੀ ਬਸ ਉਹ ਤਾਂ ਮਾੜੀ ਜੀ ਸੱਟ ਜੀ ਲੱਗ ਗਈ ਤੇ ਉਹ ਤਾਂ ਤੇਲ ਲਾਇਆ ਉਹ ਤਾਂ ਪਤਾ ਹੈ ਮੈਨੂੰ ਪੁੱਤ ਮੈਂ ਬਾਹਰ ਆਵਾਜ਼ਾਂ ਸੁਣ ਲਈਆਂ ਸੀ ਇਹ ਤਾਂ ਜਾਨਵਰ ਹੈ ਜਾਨਵਰ ਨਾਲੇ ਤੂੰ ਐਂ ਕਿਉਂ ਸਹੀ ਜਾਂਦੀ ਹੈ ਇਹਦੀਆਂ ਹੈਂ ਆਪਣੇ ਭਾਈ ਨੂੰ ਫੋਨ ਕਰਦੇ ਇਹਨੂੰ ਦਊ ਨਾ ਚੱਲ ਗੋਡਿਆਂ ਥੱਲੇ ਫਿਰ ਪਤਾ ਲੱਗੂ ਇਹਨੂੰ ਨਾ ਨਾ ਬਾਪੂ ਜੀ ਉਹਨੂੰ ਨਹੀਂ ਮੈਂ ਫੋਨ ਕਰਦੀ ਉਹਦਾ ਸੁਭਾਅ ਵੀ ਇੰਨਾ ਵਰਗੀ ਹੈ ਗੁੱਸੇ ਵਾਲਾ ਦੋਏ ਲੜ ਪੈਣਗੇ ਵਾਧਾ ਵਧੂਗਾ ਕੋਈ ਫਾਇਦਾ ਨਹੀਂ ਉਹ ਪਰ ਭਾਈ ਇੰਨਾ ਕੌਣ ਸਹਿੰਦਾ ਹੁੰਦਾ ਦੱਸ ਹੈ ਚੁੱਪ ਕਰਕੇ ਸਹੀ ਜਾ ਫਿਰ ਤਾਂ ਮੈਨੂੰ ਕੀ ਹੈ ਹੈ ਨਾਲੇ ਆਪਣੀਆਂ ਸੱਸ ਦੀਆਂ ਗੱਲਾਂ 'ਚ ਨਾ ਆਇਆ ਕਰ ਇਹ ਲਤਰੋ ਜੀ ਬਹੁਤ ਤੇਜ਼ ਹੈ ਤੇਰੇ ਕੋਲ ਕੁਛ ਉਹਦੇ ਕੋਲ ਕੁਛ ਹੋਰ ਇਹ ਬਦਲਦੀ ਰਹਿੰਦੀ ਹੈ ਇਹਦੀਆਂ ਗੱਲਾਂ 'ਚ ਨਾ ਆਇਆ ਕਰ ਕੋਈ ਗੱਲ ਨਹੀਂ ਬਾਪੂ ਜੀ ਚਲੋ ਜੋ ਕਿਸਮਤ 'ਚ ਲਿਖਿਆ ਬਸ ਠੀਕ ਹੈ ਉਹ ਨਹੀਂ ਭਾਈ ਕਿਸਮਤ ਦੀ ਗੱਲ ਨਹੀਂ ਹੁੰਦੀ ਹੁਣ ਕਿਤੇ ਜ਼ੁਲਮ ਸਹੀ ਹੋ ਜਾਣਾ ਹੈ ਕਿੰਨਾ ਕੁ ਚਿਰ ਸਹੇਗੀ ਦੱਸ ਬਾਪੂ ਜੀ ਕੀ ਕਰਾਂ ਜ਼ੁਲਮ ਸਹਿਣ ਹੀ ਪੈਣਾ ਹੈਗਾ ਹੁਣ ਮੈਨੂੰ ਜੇ ਕੁਛ ਕਹਿਣੀ ਹੈਗੀ ਤਾਂ ਫਿਰ ਮਾਰਨ ਨੂੰ ਆਉਂਦੇ ਹੈਗੇ ਤਾਂ ਅਸੀਂ ਕੀ ਕਰਾਂ ਮੈਂ ਤਾਂ ਪੇਕਿਆਂ ਨੂੰ ਦੱਸਣ ਜੋਗਰੀ ਵੀ ਨਹੀਂ ਹੈਗੀ ਉਹ ਤਾਂ ਗੱਲ ਤੇਰੀ ਠੀਕ ਹੈ ਆ ਹੁਣ ਤੇਰੀ ਸੱਸ ਬਾਹਰ ਗਈ ਹੈ ਤਾਂ ਮੈਂ ਤੇਰੇ ਕੋਲ ਆਇਆ ਜੇ ਹੁਣ ਮੈਂ ਤੇਰੇ ਨਾਲ ਇੱਕ ਨਾਲ ਗੱਲਾਂ ਕਰਦਾ ਦੇਖ ਲਿਆ ਨਾ ਫਿਰ ਦੱਸੂਗੀ ਉਹਨੂੰ ਨਾਲੇ ਮੇਰੇ ਵਾਲਾ ਤਾਂ ਰਾਕਸ਼ਸ ਹੈ ਪੂਰਾ ਹੈਂ ਤੂੰ ਤਾਂ ਭਾਈ ਠੀਕ ਹੈ ਪਰ ਆਹ ਦੇਖ ਲੈ ਇਹ ਦੋਨੇ ਜਣਿਆਂ ਦੀ ਗੱਲ 'ਚ ਨਹੀਂ ਆਉਣਾ ਤਾਂ ਮੈਂ ਨਹੀਂ ਆਉਂਦੀ ਹੈਗੀ ਬਾਪੂ ਜੀ ਪਰ ਮੈਂ ਤਾਂ ਘਰ ਵਸਾਉਣ ਦੀ ਗੱਲ ਕਰ ਰਹੀ ਹੈਗੀ ਆਹੋ ਭਾਈ ਤੂੰ ਤਾਂ ਗੱਲ ਘਰ ਵਸਾਉਣ ਦੀ ਕਰਦੀ ਹੈ ਤੋੜਨਾ ਤਾਂ ਤੂੰ ਚਾਹੁੰਦੀ ਨਹੀਂ ਹੈਗੀ ਪਰ ਤੂੰ ਵੀ ਕੀ ਕਰ ਸਕਦੀ ਅਕਸਰ ਨੂੰ ਤੀਵੀਂ ਮਾਨੀ ਹੈ ਪਰ ਇਹ ਸਮਝਣ ਵਾਲਾ ਬੰਦਾ ਨਹੀਂ ਹੈ ਮੈਨੂੰ ਇੰਨਾ ਪਤਾ ਇਹਦਾ ਚਲੋ ਕੋਈ ਨਾ ਬਾਪੂ ਜੀ ਤੁਸੀਂ ਮੇਰਾ ਸਾਥ ਦਿੰਦੇ ਹੋ ਨਾ ਮੇਰੇ ਵਾਸਤੇ ਇੰਨੀ ਬਹੁਤ ਹੈ ਉਹ ਭਾਈ ਮੈਂ ਤਾਂ ਬੋਲ ਪੈਣਾ ਇਹਦੇ ਮੂਹਰੇ ਕੋਈ ਨਾ ਬਾਪੂ ਜੀ ਬਸ ਤੁਸੀਂ ਬੋਲ ਪਿਆ ਕਰੋ ਨਾ ਇੰਨੀ ਬਹੁਤ ਹੈ ਕਿਉਂਕਿ ਤੁਹਾਨੂੰ ਬੋਲਦੇ ਨਹੀਂ ਹੈਗੇ ਮੋੜ ਕੇ ਮੈਨੂੰ ਤਾਂ ਫਿਰ ਕੁੱਟ ਮਾਰ ਕਰਨ ਨੂੰ ਆਉਂਦੇ ਨੇ ਉਹ ਭਾਈ ਬੋਲਦਾ ਮੇਰੇ ਮੂਹਰੇ ਵੀ ਬੋਲਦਾ ਕਿਹੜੇ ਸੁਣਦਾ ਮੇਰੇ ਬੋਲੇ ਦਾ ਵੀ ਕਿਹੜੇ ਅਸਰ ਇਹਦੇ ਪਰ ਜਿਸ ਬੰਦਾ ਸਮਝੇ ਤਾਂ ਆਏ ਕਹਿਣ ਦਾ ਤੈਨੂੰ ਕੋਈ ਫਾਇਦਾ ਹੀ ਨਹੀਂ ਹੈਗਾ ਚਲੋ ਕੋਈ ਨਾ ਬਾਪੂ ਜੀ ਜਿਹੜੇ ਮੈਂ ਕੁਛ ਮੇਰੀ ਕਿਸਮਤ 'ਚ ਲਿਖਿਆ ਹੋਇਆ ਨਾ ਉਹ ਤਾਂ ਮੈਨੂੰ ਭੋਗਣਾ ਹੀ ਪੈਣਾ ਹੈਗਾ ਮੇਰੇ ਵਾਸਤੇ ਤਾਂ ਇੰਨੀ ਬਹੁਤ ਹੈ ਬਾਪੂ ਜੀ ਜਿਹੜੇ ਤੁਸੀਂ ਮੇਰੇ ਨਾਲ ਖੜ ਜਾਂਦੇ ਹੋਗੇ ਉਹ ਤਾਂ ਗੱਲ ਤੇਰੀ ਠੀਕ ਹੈ ਪੁੱਤ ਦੇਖ ਮੈਂ ਤੈਨੂੰ ਕਦੇ ਆਪਣੀ ਨੂੰਹ ਨਹੀਂ ਸਮਝਿਆ ਧੀਆਂ ਵਾਂਗੂ ਸਮਝਦਾ ਮੈਂ ਤੈਨੂੰ ਪਰ ਇਹਨੂੰ ਨਾ ਜੇ ਜਾਨਵਰ ਨੂੰ ਇਹ ਪਤਾ ਲੱਗ ਜਾਵੇ ਇਹਦੀ ਭੈਣ ਨਾਲ ਕੋਈ ਇਸ ਤਰ੍ਹਾਂ ਕਰਦਾ ਫਿਰ ਇਹਨੂੰ ਮਰਨਾ ਹੋ ਜਾਊਗਾ ਉਹ ਤਾਂ ਹੈਗੀ ਹੈ ਬਾਪੂ ਜੀ ਹੁਣ ਮੰਮੀ ਵੀ ਤਾਂ ਹੀ ਨਹੀਂ ਮੇਰੀ ਚੁਣਦੇ ਹੈਗੇ ਵੀ ਧੀਆਂ ਨੂੰ ਕਿਵੇਂ ਵਸਾਈਂਦਾ ਹੁੰਦਾ ਹੈਗਾ ਮੰਮੀ ਵੀ ਉਹਦੇ ਨਾਲ ਹੀ ਲੱਗ ਜਾਂਦੇ ਹੈਗੇ ਕਦੇ ਭਾਵਾਂ ਸੁਣ ਲੈਣ ਮੇਰੀ ਤਾਂ ਨਹੀਂ ਤਾਂ ਬਸ ਫਿਰ ਉਹਨਾਂ ਦਾ ਹੀ ਸਾਥ ਦਿੰਦੇ ਨੇ ਬਾਪੂ ਜੀ ਜੇ ਮੇਰੀ ਨਣਦ ਨਾਲ ਨਾ ਇਹਨਾਂ ਦਾ ਜਮਾਈ ਇਹੋ ਜਿਹਾ ਕੁਛ ਕਰਦਾ ਫਿਰ ਪਤਾ ਲੱਗਦਾ ਇਹਨਾਂ ਨੂੰ ਉਹ ਤਾਂ ਗੱਲ ਤੇਰੀ ਠੀਕ ਹੈ ਧੀਏ ਪਰ ਮੈਂ ਚਾਹੁੰਦਾ ਵੀ ਕਿਸੇ ਵੀ ਔਰਤ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਨਾ ਹੋਵੇ ਠੀਕ ਹੈ ਨਾ ਸਾਰੇ ਆਪਣੇ ਘਰ ਸੁਖੀ ਬੈਠਣ ਪਰ ਇਹ ਤਾਂ ਕਦੇ ਗੱਲ ਕਦੇ ਕਰਦਾ ਹੀ ਨਹੀਂ ਸੁਖ ਵਾਲੀ ਤਾਂ ਹਰ ਟਾਈਮ ਵੱਡੂ ਖਾਊ ਕਰੀ ਜਾਂਦਾ ਮੈਂ ਤਾਂ ਬਾਪੂ ਜੀ ਫਾਲਤੂ ਬੁਲਾਉਂਦੀ ਵੀ ਨਹੀਂ ਹੈਗੀ ਇਹਨੂੰ ਬਸ ਮੈਂ ਤਾਂ ਆਪਣਾ ਕੰਮ ਕਰਕੇ ਆਪਣਾ ਇੱਕ ਪਾਸੇ ਬਹਿ ਜਾਂਦੀ ਹੈਗੀ ਦੋਵੇਂ ਮਾਂ ਪੁੱਤ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਨੇ ਕੀ ਨਾ ਜਦ ਇਹ ਆਉਂਦਾ ਨਾ ਕੰਮ ਤੋਂ ਇੱਥੇ ਪਾਸਿਓ ਰਿਹਾ ਕਰ ਇਹਨੂੰ ਬਹੁਤਾ ਮੂੰਹ ਮੱਥੇ ਨਾ ਲਾਇਆ ਕਰ ਨਹੀਂ ਨਹੀਂ ਬਾਪੂ ਜੀ
ਇਹ ਤਾਂ ਮੰਮੀ ਕੋਲ ਹੀ ਬੈਠਦੇ ਆ, ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਨੇ ਇੱਥੇ ਬੈਠੇ। ਲੈ ਕਰਨਾ ਕੀ ਆ ਇਹਨਾਂ ਨੇ, ਉਹੀ ਕੁੱਟ ਸਿਆਪੇ ਵਾਲੀਆਂ ਗੱਲਾਂ ਕਰਨੀਆਂ, ਹੋਰ ਕਰਨਾ ਕੀ ਆ ਇਹਨੇ। ਹੈ ਜੇ ਸਮਝਾਉਣਾ ਹੁੰਦਾ ਹੁਣ ਨੂੰ ਕਦੇ ਤੁਸੀਂ ਸਮਝਾਉਣਾ ਦਿੰਦੀ, ਮੇਰੇ ਕਹੇ 'ਤੇ ਤਾਂ ਫਿਰ ਐਂ ਟੱਪਦਾ ਜੇ ਮੈਂ ਗੱਲ ਕਹਿਣਾ। ਪਰ ਚਲੋ ਕੋਈ ਨਾ, ਕੀ ਕਰਾਂ ਦੱਸ, ਮੈਂ ਚਾਹ ਕਰਦੀ ਹਾਂ। ਆਹੋ ਕਰ ਲੈ ਭਾਈ, ਸਾਰਾ ਘਰ ਖਰਾਬ ਕਰਿਆ ਪਿਆ ਇਹਨੇ, ਪਤਾ ਨਹੀਂ ਕਦ ਅਕਲ ਆਉਣੀ ਇਹਨੂੰ ਕਦੋਂ ਨਹੀਂ ਆਉਣੀ। ਦੇਖ ਲੈ ਕਿਵੇਂ ਮੈਂ ਚੱਬੀਆਂ ਗੱਲਾਂ ਕਰਦੀ ਹਾਂ, ਮੈਨੂੰ ਕਿਵੇਂ ਸੁਣਾ ਸੁਣਾ ਕੇ ਦੱਸਦੀ ਹੈ, ਮੇਰੀ ਨੂੰਹ ਆ ਲਿਆਈ, ਮੇਰੀ ਨੂੰਹ ਆ ਲਿਆਈ, ਮੈਨੂੰ ਪਤਾ ਤਾਂ ਲੱਗ ਗਿਆ ਸੀ, ਜਾਣ ਕੇ ਸੁਣਾਈਆਂ ਕਰਦੀ ਹੈ ਜਿੱਤੋ। ਦੇਖ ਲੈ ਕਿਆ ਬੁੜਬੁੜ ਕਰਦੀ ਜਾਂਦੀ ਹੈ। ਲੈ ਮੈਂ ਕੀ ਬੁੜਬੁੜ ਕਰਦੀ ਹਾਂ, ਮੈਂ ਤਾਂ ਜਿੱਤੋ ਕੋਲ ਗਈ ਸੀ। ਦੇਖ ਲੈ ਉਹ ਕਿਹੜੀ ਚੀਜ਼ ਹੈ ਜਿਹੜੀ ਉਹਦੀ ਨੂੰਹ ਨਾ ਲਿਆਈ ਹੋਵੇ, ਐਡੀ ਮਹਿੰਗੀ ਤਾਂ ਗੱਡੀ ਦਿੱਤੀ ਹੈ ਮੈਨੂੰ ਨਾ, ਉੱਚੀ ਉੱਚੀ ਬੋਲ ਬੋਲ ਦੱਸੇ। ਲੈ ਭੈਣੇ ਮੇਰੀ ਨੂੰਹ ਦਾ ਤਾਂ ਆਹ ਸਮਾਨ ਦੇਖ ਲੈ, ਮੇਰੀ ਨੂੰਹ ਦਾ ਤਾਂ ਆਹ ਸਮਾਨ ਦੇਖ ਲੈ। ਮੈਂ ਚੁੱਪ ਕਰਕੇ ਖੜੀ ਰਹੀ, ਮੈਂ ਕਿਹਾ ਭੈਣੇ ਜੇ ਤਾਂ ਮੇਰੀ ਨੂੰਹ ਲੈ ਕੇ ਆਉਂਦੀ ਸਮਾਨ ਤਾਂ ਮੈਂ ਤੇਰੇ ਨਾਲ ਗੱਲਾਂ ਕਰਦੀ, ਆਪਣੀ ਨੇ ਕੀ ਲਿਆਂਦਾ ਸਵਾਹ, ਕੁਛ ਵੀ ਨਹੀਂ ਲੈ ਕੇ ਆਉਂਦਾ। ਮੈਂ ਕਿਉਂ ਨਹੀਂ ਲੈ ਕੇ ਆਉਂਦਾ, ਆਹ ਗੱਡੀ ਕਿਹਦੀ ਹੈ, ਤੇਰੀ ਨੂੰਹ ਦੀ ਨਹੀਂ ਹੈਗੀ। ਲੈ ਜੀਤੋ ਦੀ ਨੂੰਹ ਦੀ ਮਹਿੰਗੀ ਗੱਡੀ ਆ, ਪਤਾ ਨਹੀਂ ਕੀ ਨਾਂ ਲੈਂਦੀ ਸੀ ਉਹਦਾ। ਜੀਤੋ ਦੀ ਨੂੰਹ ਦਾ ਸਮਾਨ ਤਾਂ ਦੇਖਿਆ ਜੀ, ਜੀਤੋ ਦੀ ਨੂੰਹ ਦੀ ਬੋਲਬਾਣੀ ਨਹੀਂ ਦੇਖਿਆ ਜੀ, ਜੀਤੋ ਤਾਂ ਗਿੱਟੇ ਛਾਂ ਕੇ ਘਰਾਂ ਬਿਠਾਉਂਦੀ ਹੈ, ਤੇਰੇ ਵਾਂਗੂ ਨਿਆਲਾ ਪਰਲਾ ਪਰ ਕਰਕੇ ਘੁੰਮਦੀ ਜੀਤੋ, ਪੁੱਛ ਲਈ ਪਿੰਡ 'ਚ ਜਾ ਕੇ ਅਗਲੇ ਨੇ ਸੂਲੀ ਤੇ ਕਹਿੰਦੇ ਟੰਗੀ ਪਈ ਹੈ। ਵੇ ਤੈਨੂੰ ਬਸ ਆਹੀ ਗੱਲਾਂ ਨੇ, ਹੋਰ ਕੋਈ ਗੱਲਾਂ ਨਹੀਂ ਆਉਂਦੀਆਂ। ਮੈਂ ਲੈ ਕੇ ਆਇਆ ਬਾਹਰੋਂ ਗੱਲਾਂ ਤਾਂ ਤੂੰ ਲੈ ਕੇ ਆਈ ਹੈ, ਖਬਰੇ ਕਿੱਥੇ ਕਿੱਥੇ ਘੁੰਮ ਕੇ ਆਉਂਦੀ ਹੈ। ਕਹਿੰਦੀ ਜੀਤੋ ਦੀ ਨੂੰਹ ਆ ਲਿਆਈ, ਆਪਣੀ ਨੂੰਹ ਨੂੰ ਦੇਖ ਲੈ, ਗਊ ਹੈ ਗਊ, ਸਾਰਾ ਕੰਮ ਕਰਦੀ ਹੈ ਘਰ ਦਾ, ਉਹਦੀ ਕਦੇ ਵਡਿਆਈ ਕਰਦਿਆ ਕਰ। ਹੈ ਸੁਣ ਕੇ ਆ ਕੇ ਬਸ ਜੀਤੋ ਦੀ ਨੂੰਹ, ਜੀਤੋ ਦੀ ਨੂੰਹ। ਟਿਕ ਜਾ ਟਿਕ ਜਾ, ਤੇਰੇ ਤਾਂ ਜਦੇ ਅੱਗ ਲੱਗ ਜਾਂਦੀ ਯਾਰ, ਮੈਂ ਮਰ ਜਾ ਘਰੋਂ ਬਾਹਰ ਚਲੀ ਜਾਵਾਂ। ਹੁਣ ਜਾ ਕੇ ਕਰ ਲਿਆ ਨੂੰਹ ਨਾਲ ਢਿੱਡ ਠੰਡਾ, ਕਰ ਲਈ ਉਹਦੇ ਨਾਲ ਚੁਗਲੀਆਂ ਮੇਰੀਆਂ। ਮੈਂ ਕਿਹੜੀ ਚੁਗਲੀ ਕਰੀ ਆ, ਮੈਂ ਤਾਂ ਇੱਥੇ ਬੈਠਾ ਜਿੱਦਾਂ ਆਇਓ। ਆ ਚਾਹ ਕਿਹਨੇ ਦਿੱਤੀ ਹੋਰ ਤੈਨੂੰ, ਚਾਹ ਇੱਥੇ ਦੇ ਕੇ ਗਈ ਆ ਹੋ ਮੈਨੂੰ। ਦੇ ਕੇ ਗਈ ਆ ਤੈਨੂੰ, ਮੈਂ ਜਾਣਦੀ ਹਾਂ ਤੈਨੂੰ, ਜਦ ਮੈਂ ਗਈ ਹੋਊਂਗੀ ਜਰੇ ਵਾਗਿਆ ਹੋਣਾ ਕੋਲ, ਵੀ ਤੇਰੀ ਮਾਂ ਐ ਭਾਈ ਗੁਰਿੰਦਰ ਭਾਈ ਐ ਚੁਗਲ ਜਾਂਦਾ ਤੈਨੂੰ ਕਰਨੀਆਂ ਆਉਂਦੀਆਂ ਨੇ। ਨਾ ਨਾ ਤੇਰੇ ਵਾਲੀ ਆਦਤ ਨਹੀਂ ਹੈਗੀ ਮੈਨੂੰ, ਜਿੰਨੀਆਂ ਤੈਨੂੰ ਆਦਤ ਆ ਨਾ ਉਨੀਆਂ ਮੈਨੂੰ ਨਹੀਂ ਹੈਗੀਆਂ। ਅੱਛਾ ਮੈਨੂੰ ਚੁਗਲੀਆਂ ਕਰਨੀਆਂ ਆਉਂਦੀਆਂ ਨੇ। ਹਾਂ ਹੁਣ ਢਿੱਡ 'ਚ ਗੈਸ ਬਣੀ ਹੋਈ ਆ ਤਾਂ ਹੀ ਇੱਧਰ ਨੂੰ ਭੱਜੀ ਗਈ ਐ। ਲੈ ਆ ਗਈ ਜੀਤੋ ਦੀ ਨੂੰਹ ਦੀਆਂ ਖਬਰਾਂ ਲੈ ਕੇ। ਹੈ ਚੁੱਪ ਕਰਕੇ ਬੈਠਾ ਰਿਹਾ ਕਰ ਤੂੰ। ਮੈਂ ਤਾਂ ਚੁੱਪ ਕਰਕੇ ਬੈਠਾ, ਪਰ ਤੂੰ ਨਹੀਂ ਬਹਿੰਦੀ ਚੁੱਪ ਕਰਕੇ। ਬੋਲੀ ਜਾਂਦਾ ਬੀਨ ਮਤਬਲ ਤੋਂ ਬਹੁਤ ਹੀ ਲਾਡਲੀ ਨੂੰਹ ਵਾਲਾ। ਹਾਂ ਤੈਨੂੰ ਤਾਂ ਲੋਕਾਂ ਦੀਆਂ ਨੂੰਹਾਂ ਚੰਗੀਆਂ ਲੱਗਦੀਆਂ। ਕੀ ਮੈਨੂੰ ਨਾ ਪੱਕਾ ਪਤਾ ਲੱਗ ਗਿਆ ਹੁਣ। ਅੱਛਾ ਯਾਰ ਮੈਂ ਚਲੀ ਗਈ ਘਰ ਤੋਂ ਤਾਂ ਇਹ ਕਰਮਜੀਤ ਨੇ ਪੱਕਾ ਚੁਗਲੀਆਂ ਕਰੀਆਂ ਨੇ, ਮੈਂ ਫਰੋਲਦੀਆਂ ਕੈਮਰੇ ਹੁਣ। ਅੱਛਾ ਦੇਖਦੇ ਚੈੱਕ ਕਰਦੀਆਂ। ਕਰ ਲੈ ਚੈੱਕ, ਮੈਨੂੰ ਕੀ ਡਰ ਮਾਰਿਆ ਵਾ ਤੇਰਾ, ਜ਼ਿਆਦਾ ਬਹੁਤ ਹੀ ਚੰਗੀ ਨੂੰਹ ਵਾਲਾ ਹੋਊਗੀ ਇਹ ਕੈਮਰੇ। ਇੱਕਾ ਸਿਆਪੇ ਪਤਾ ਨਹੀਂ ਕਿਹਨੇ ਬਣਾਤੇ, ਹੈਂ ਆਉਂਦੇ ਜਾਂਦੇ ਬੰਦੇ ਨੂੰ ਇਹ ਨਹੀਂ ਛੱਡਦੇ ਜਦੇ ਦੇਖ ਲੈਂਦੇ ਆ। ਆ ਗਈ ਬੜੀ ਲੋਕਾਂ ਦੀਆਂ ਨੂੰਹਾਂ ਦੀਆਂ ਖਬਰਾਂ ਲੈ ਕੇ, ਉਹ ਜਿਹੜੀ ਆਪਣੇ ਘਰਾਂ ਬੈਠੀ ਹੈ ਉਹਦੀ ਤਾਂ ਖਬਰ ਲੈ ਲੈ। ਹੈਂ ਇੰਨੀਆਂ ਸੱਟਾਂ ਮਾਰ ਕੇ ਗਿਆ ਉਹ ਜਾਨਵਰ ਉਹਦੇ, ਉਹ ਨਹੀਂ ਤੈਨੂੰ ਦਿਖੀਆਂ, ਜੀਤੋ ਦੀ ਨੂੰਹ ਦਿਖ ਗਈ ਤੈਨੂੰ, ਲੈ ਕੇ ਆਈ ਆ ਬੜੀ ਗੱਡੀ। ਨਹੀਂ ਚੱਜ ਨਾਲ ਦਵਾ ਦੇ ਭਾਈ, ਤੇਰੇ ਹੱਥਾਂ 'ਚ ਤਾਂ ਭੋਰਾ ਜਾਨ ਨਹੀਂ ਹੈਗੀ ਕਰਮਜੀਤ, ਬਹੁਤ ਹੀ ਜ਼ਿਆਦਾ ਦਰਦ ਹੁੰਦਾ, ਚੱਜ ਨਾਲ ਦਵਾ। ਕਿ ਥੱਕੀ ਪਈ ਆ ਤੂੰ ਜ਼ਿਆਦਾ? ਕੁਛ ਨਹੀਂ ਮੰਮੀ, ਆ ਬਾਂਹ ਜੀ ਦੁੱਖ ਦੇ ਤੀ। ਕੋਈ ਨਾ ਤੂੰ ਮੇਰੇ ਲੱਤਾਂ ਘੁੱਟ ਦੇ। ਹਾਏ ਹਾਏ ਦੇਖ ਲੈ ਜੀਤੋ ਆ ਗਈ ਤੀ ਕੱਲ੍ਹ, ਬਹੁਤੀਆਂ ਗੱਲਾਂ ਸੁਣਾ ਕੇ ਗਈ ਮੈਨੂੰ ਤਾਂ, ਮੇਰੀ ਨੂੰਹ ਹੈ ਮੇਰੀ ਨੂੰਹ ਹੈ, ਮੈਂ ਤਾਂ ਭਾਈ ਚੁੱਪ ਕਰਕੇ ਸੁਣੀ ਗਈ। ਨਹੀਂ ਤੇਰੀ ਇੱਕੋ ਬਾਂਹ ਦੁਖਦੀ ਹੈ, ਦੋ ਤਾਂ ਨਹੀਂ ਦੁਖਦੀਆਂ, ਇੱਧਰ ਲਈ ਬਾਂਹ ਨਾਲ ਘੁੱਟ ਦੇ, ਦਵਾ ਤਾਂ ਦੇ ਮਾੜਾ ਮੋਟਾ ਚੰਗੀ ਤਰ੍ਹਾਂ। ਠੀਕ ਹੈ ਮੰਮੀ, ਐਂ ਕਰਦੇ ਜੀ ਮੈਂ ਜਮਾਂ ਹੀ ਜਾਣ ਨਹੀਂ ਹੁੰਦੀ, ਘੁੱਟੀਆਂ ਨਾ ਘੁੱਟਣ ਦਾ ਪਤਾ ਵੀ ਨਹੀਂ ਲੱਗਦਾ, ਦੱਬ ਦੱਬ ਚੰਗੀ ਤਰ੍ਹਾਂ ਦੱਸ। ਹਾਏ ਰੱਬਾ ਹਾਏ, ਬਸ ਤੇਰਾ ਤਾਂ ਘੁੱਟੀਆਂ ਦਾ ਕੋਈ ਫਾਇਦਾ ਨਹੀਂ ਹੈਗਾ, ਜਾ ਵਗ ਜਾ। ਹਾਏ ਰੱਬਾ ਐਂ ਕਰਦੀ ਆ ਜਿਵੇਂ ਜਮਾਂ ਹੀ ਨਹੀਂ ਕਦੇ ਕੁਛ ਖਾਧਾ ਹੁੰਦਾ, ਤਾਂ ਕਰੇ ਦੁੱਧ ਦੀ ਘੁੱਟਣੀ ਦੀ ਪੀਤੀ ਆਪਣੇ ਪੇਕੇ। ਮੰਮੀ ਮੈਂ ਆਰਾਮ ਕਰ ਲਾ, ਥੋੜ੍ਹੇ ਜਿਹੇ ਬਾਂਹ ਜ਼ਿਆਦਾ ਦੁੱਖ ਰਹੀ ਆ। ਜਾ ਕਰ ਲੈ ਆਰਾਮ, ਤੂੰ ਤਾਂ ਮੇਰੇ ਨਾਲ ਜ਼ਿਆਦਾ ਬੁੜੀ ਹੋ ਗਈ, ਕਰ ਲੈ ਆਰਾਮ, ਜਾ ਵਗ ਜਾ। ਕੀ ਕਹੇ ਇਹਨੂੰ ਲੈ ਦੱਸ, ਬਿੰਦਰ ਲੱਤਾਂ ਦਬਾਉਣ ਨੂੰ ਕਿਵੇਂ ਬਹਾਨੇ ਲਾਉਂਦੀ ਆ, ਬਹਾਨੇ ਖੋਰ। ਹਾਏ ਰੱਬਾ ਮੇਰੇ ਤਾਂ ਕਰਮਾਂ 'ਚ ਸੁਖੇ ਨਹੀਂ ਹੈਗਾ ਕਿਸੇ ਦਾ। ਹਾਏ ਹਾਏ ਆਥਣ ਹੋ ਗਿਆ। ਲੈ ਕਿੰਨਾ ਟਾਈਮ ਹੋ ਗਿਆ, ਗੁਰਿੰਦਰ ਦੇ ਵੀ ਆਉਣ ਦਾ ਟਾਈਮ ਤਾਂ ਹੋ ਗਿਆ। ਆਹ ਤਾਂ ਵਧੀਆ ਕਰਿਆ ਜਿਹੜੀ ਕਰਮਜੀਤ ਜਾ ਕੇ ਪੈ ਗਈ, ਹੁਣ ਲੱਗੂ ਪਤਾ ਇਹਨੂੰ, ਤੈਨੂੰ ਮੈਂ ਕਰਾਉਣੀ ਆ ਆਰਾਮ। ਇਹਦੇ ਨਾਲ ਪਹਿਲਾਂ ਮੈਂ ਹੀ ਨਾ ਦੱਸਾਂ ਮੁੰਡੇ ਨੂੰ ਵੀ ਮੇਰਾ ਸਿਰ ਦੁਖਦਾ, ਇਹ ਕੀ ਜਾਣੂਗੀ, ਇਹਨੇ ਵੀ ਤਾਂ ਚੁਗਲੀਆਂ ਕਰੀਆਂ ਹੀ ਨੇ, ਮੈਂ ਕਰੂੰ ਹੁਣ ਇਹ ਨਾਲ। ਲੈ ਮੈਨੂੰ ਤਾਂ ਲੱਗਦਾ ਮੁੰਡਾ ਆ ਗਿਆ, ਹੁਣ ਕਰੀਂ ਡਰਾਮਾ, ਤੈਨੂੰ ਕਿਆ ਕਰਾਉਂ ਮੇਰੀਆਂ ਚੁਗਲੀਆਂ। ਹਾਏ ਰੱਬਾ
ਮੰਮੀ ਆ ਕੀ ਹੋ ਗਿਆ, ਐ ਕਦੇ ਬੈਠੀ ਹੈਗੀ ਬੇ ਪੁੱਤ? ਹੈ ਮੇਰਾ ਤਾਂ ਸਿਰ ਬਹੁਤ ਹੀ ਜ਼ਿਆਦਾ ਦੁਖਦਾ ਹੈ। ਸਰੀਰ ਤਾਂ ਠੀਕ ਹੈ? ਮੈਂ ਤਾਂ ਤੈਨੂੰ ਕੱਦੀ ਡੀਕਦੀ ਆ, ਮੈਂ ਖਾਏਗਾ ਤਾਂ ਹੀ ਦਵਾਈ ਦਾ ਭੋਰਾ ਦਵਾ ਕੇ ਲਿਆਏਗਾ। ਦਵਾਈ ਦਾ ਭੋਰਾ ਘਰੇ? ਦਵਾਈ ਪਈ ਤਾਂ ਹੈ, ਕਿੱਥੇ ਆ ਕਰਮਜੀਤ? ਲੈ ਕਰਮਜੀਤ ਨੇ ਪੁੱਤ ਕਿੱਥੇ ਜਾਣਾ, ਉਹ ਪਈ ਹੈ ਇੰਨੀਆਂ ਹਾਕਾਂ ਮਾਰ ਲਈਆਂ, ਉਹ ਕਿਹੜਾ ਸੁਣਦੀ ਹੈ, ਘੋੜੇ ਵੇਚ ਕੇ ਸੁੱਤੀ ਪਈ ਹੈ। ਫੇਰ ਮੰਮੀ ਹਾਲ ਤੁਹਾਡਾ ਕੀ ਹੋਇਆ ਹੋਇਆ, ਉਹ ਤੁਹਾਨੂੰ ਪੁੱਛਣੀ ਰਹੀ, ਫੇਰ ਤੁਸੀਂ ਕਹਿੰਦੇ ਨੂੰ ਤੁਹਾਨੂੰ ਮਾਰਦਾ ਕਾਹਤੇ ਹੈ, ਕੰਮ ਤਾਂ ਕਟਾਈ ਨਾਲ ਕਰਦੀ ਆ ਉਹ। ਮੈਂ ਪੁੱਤ ਮਾਰ ਕੇ ਉਹ ਕੀ ਕੱਢੇਗਾ, ਛੱਡ ਪਰਾ ਹੁਣ ਨਾ ਉਹਨੂੰ ਕੁੱਟਣ ਲੱਗ ਜੀ ਚੰਗਾ। ਲੈ ਕਹਿੰਦੇ ਕੁੱਟਣ ਨਾ ਲੱਗ ਜੀ, ਉਹਨੂੰ ਪੁੱਛਣਾ ਸਹੀ, ਆਰਾਮ ਨਾਲ ਪਈ ਹੈ, ਮਾਂ ਮੇਰੀ ਬਿਮਾਰ ਪਈ ਹੈ। ਹੈਂ ਵੀ ਚੱਲ ਪਈ ਰਹਿਣ ਦੇ ਕੋਈ ਨਾ, ਕਹਿੰਦੀ ਸੀ ਮੈਂ ਆਰਾਮ ਕਰਨਾ ਬਿੰਦ, ਮੈਂ ਕਿਹਾ ਭਾਈ ਕਰ ਲੈ ਆਰਾਮ ਕਰ ਲੈ। ਮੰਮੀ ਉਹ ਚਮਲਾਈ ਉਹ ਤੁਸੀਂ ਹੋਈ ਹੈ, ਇਹ ਆ ਬਾਪੂ ਨਾਲ ਨਾਂ ਰਲ ਕੇ ਉਹਨੂੰ ਮਾੜਾ ਮੋਟਾ, ਮੈਂ ਇੱਕ ਮਿੰਟ ਤੁਸੀਂ ਬੈਠੋ, ਪਹਿਲਾਂ ਤੁਹਾਨੂੰ ਮੈਂ ਗੋਲੀ ਦਿੰਦਾ, ਫੇਰ ਮੈਂ ਉਹਨੂੰ ਦਿੰਦਾ ਦਵਾਈ ਟਾਈਮ ਵਾਲੀ। ਕੋਈ ਨਹੀਂ ਬੇਪੂ, ਤੂੰ ਕੁਛ ਕਹੀ ਨਾ ਬਹੂ ਨੂੰ। ਨਹੀਂ ਨਹੀਂ ਮੈਂ ਕੁਛ ਨਹੀਂ ਕਹਿੰਦਾ, ਪ੍ਰੈਸ ਕਰਿਆ ਕਰ ਘਰ 'ਚ। ਨਹੀਂ 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 ਇੱਕ ਮਿੰਟ ਖੜ ਜਾ, ਐਂ ਕਰੋ ਆਹ ਫੜੋ ਦਵਾਈ, ਮੈਂ ਪਾਣੀ ਲੈ ਕੇ ਆਇਆ, ਪਹਿਲਾਂ ਉਹਦੀ ਲਵਾਂ ਖਬਰ ਜਾ ਕੇ ਮੈਂ। ਬੇਪੂ ਤੂੰ ਕੁਛ ਕਹੀ ਨਾ। ਨਹੀਂ ਨਹੀਂ ਘਰ 'ਚ ਬੰਦਾ ਮਰਦਾ ਹੋਵੇ, ਇਹ ਪਈ ਆਰਾਮ ਨਾਲ। ਲੈ ਖੜੀ ਹੋਏ, ਹੋ ਗਿਆ ਕੰਮ ਸ਼ੁਰੂ, ਲੱਗੂ ਪਤਾ ਤੈਨੂੰ ਕੀ ਹੋ ਗਿਆ। ਕੀ ਹੋ ਗਿਆ, ਤੈਨੂੰ ਸ਼ਰਮ ਹੈ ਮਾੜੀ ਮੋਟੀ? ਕੀ ਹੋ ਗਿਆ ਜੀ? ਉਹ ਮੇਰੀ ਮਾਂ ਬਾਹਰ ਮਰਨ ਨੂੰ ਪਈ ਹੈ, ਸਿਰ ਦਰਦ ਹੋ ਰਿਹਾ, ਤੂੰ ਆਰਾਮ ਨਾਲ ਅੰਦਰ ਪਈ ਹੈਗੀ, ਫੇਰ ਕਹਿੰਦੀ ਮੈਨੂੰ ਮਾਰਦਾ ਗਾ ਤੇ ਤੈਨੂੰ ਤੈਨੂੰ ਕਿੰਨੀ ਵਾਰ ਕਿਹਾ ਵੀ ਖਿਆਲ ਰੱਖਿਆ ਕਰ ਮਾਂ ਦਾ। ਮੰਮੀ ਤੇ ਮੈਂ ਲੱਤਾਂ ਘੁੱਟ ਕੇ ਆਈ ਆ ਜੀ ਹੁਣੇ। ਤੈਨੂੰ ਮੈਂ ਕਿੰਨੀ ਵਾਰ ਕਿਹਾ ਕੰਮ ਨਾ ਕਰਿਆ ਕਰ, ਝੱਲਿਆ ਜਾਂਦਾ। ਜੇ ਪਹਿਲਾਂ ਮੇਰੀ ਮਾਂ ਨੂੰ ਕੁਛ ਹੋ ਜਾਂਦਾ, ਅਟੈਕ ਆ ਜਾਂਦਾ, ਤੜਫਣਾ ਮਰ ਜਾਂਦੀ, ਫੇਰ ਮੰਮੀ ਨੂੰ ਪੁੱਛ ਕੇ ਮੈਂ ਅੰਦਰ ਆਰਾਮ ਕਰਨ ਲੱਗੀ ਆ। ਉਹ ਆਰਾਮ ਵੀ ਐਸੇ ਤਰੀਕੇ ਨਾਲ ਕਰੋ, ਉਹ ਵੀ ਘਰ 'ਚ ਗੱਲ ਹੁੰਦੀ, ਉੱਠਦਾ ਲਓ, ਇਹ ਤਾਂ ਘੋੜੇ ਵੇਚ ਕੇ ਸੌਂ ਜਾਂਦੀ ਐ, ਇਹਨੂੰ ਨਹੀਂ ਸੁੱਧ ਬੁੱਧ ਰਹਿੰਦੀ। ਲੈ ਸੁਣ ਲੈ, ਤੁਸੀਂ ਮੈਨੂੰ ਆਵਾਜ਼ ਕਦੋਂ ਮਾਰੀ, ਤੁਸੀਂ ਆਵਾਜ਼ ਤਾਂ ਮਾਰੀ ਨਹੀਂ। ਲੈ ਦੇਖ ਮੈਂ ਹੋਰ ਝੂਠ ਬੋਲਦੀ ਆ, ਮੈਂ ਤਾਂ 50 ਹਾਕਾਂ ਮਾਰਤੀਆਂ, ਗਵਾਂਢੀਆਂ ਨੂੰ ਵੀ ਸੁਣ ਗਿਆ ਹੋਣੀਆਂ, ਪਰ ਤੈਨੂੰ ਨਹੀਂ ਸੁਣੀਆਂ। ਮੇਰੀ ਮਾਂ ਝੂਠੀ ਐ, ਜਦ ਮਰਜ਼ੀ ਤੈਨੂੰ ਪੁੱਛ ਰਿਹਾ, ਮੰਮੀ ਮੈਂ ਕਦ ਕਿਹਾ, ਮੰਮੀ ਮੈਂ ਕਦ ਕਰਿਆ, ਮੰਮੀ ਮੈਂ ਕਦ ਕਿਹਾ ਹੋਇਆ, ਇਹ ਗੱਲ ਹੈ ਕੋਈ ਕਰਮਜੀਤ ਇਹ? ਫਿਰ ਤੂੰ ਕਹਿੰਦੀ ਮੈਨੂੰ ਕੁੱਟਦੇ ਆ, ਮੈਨੂੰ ਮਾਰਦੇ, ਇਹ ਜਾਨਵਰ ਆ, ਉਹ ਬਾਪੂ ਉਹ ਤੇਰੇ ਨਾਲ ਲੱਗ ਜਾਂਦਾ ਗਾ, ਹੁਣ ਕਿੱਥੇ ਬਾਪੂ ਬਾਪੂ ਕਿੱਥੇ ਗਾ? ਇੱਥੇ ਮਰਦਾ ਹੋਣਾ ਕਿਤੇ, ਇੱਥੇ ਤੂੰ ਹੌਲੀ ਬੋਲ, ਹੁਣ ਲੜੋ ਨਾ ਚੰਗਾ, ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾ, ਚੁੱਪ ਕਰਕੇ ਹੁਣ ਇਹਨੇ ਮੁੰਡੇ ਨੂੰ ਪਾਣੀ ਧਾਣੀ ਦੇ ਦੇ ਉੱਠ ਕੇ, ਜੇ ਤੇਰੀ ਨੀਂਦ ਪੂਰੀ ਹੋ। ਆ ਮਾਂ ਕਰਕੇ ਮੈਂ ਤੈਨੂੰ ਘੱਟ ਬੋਲ ਰਿਹਾ, ਨਹੀਂ ਮੈਂ ਤੇਰਾ ਨਾ ਬੋਰ ਬੋਲ ਨਾਲ ਮਾਰ ਦਵਾਂ। ਬਾਤ ਨਹੀਂ ਕੋਈ, ਚੱਲਦੇ ਪਾਣੀ ਚੱਲ। ਲੈ ਆ ਇੱਕ ਬਾਪੂ ਪਤਾ ਨਹੀਂ ਕਿੱਥੇ ਗਿਆ ਵਾ, ਗਿਆ ਵਾ ਹੁਣ ਕਿਸੇ ਮੰਤਰੀ ਦੀ ਰੈਲੀ ਵਾ, ਵੀ ਤੂੰ ਘਰੇ ਰਹਿ, ਮਾਂ ਬਿਮਾਰ ਹੈਗੀ, ਤੈਨੂੰ ਪਤਾ ਨੂੰ ਮੇਰੀ ਜਿੱਲੀ ਹੈ ਜਮਾਂ ਹੀ। ਦੱਸ ਜੇ ਬੰਦਾ ਹੁਣ ਬਾਹਰ ਕੰਮ ਕਰੇ, ਘਰੇ ਕੰਮ ਕਰੇ, ਦੱਸ ਹੁਣ ਚਾਹ ਚੂ ਕਰਕੇ ਦੇ ਦੀ। ਸਹੀ ਗੱਲ ਹੈ ਡੈਡੀ ਦੀ, ਕਹਿੰਦੇ ਤੇ ਵੀ ਤੇਰੀ ਮਾਂ ਇੰਨੀ ਘੱਟ ਹੈਗੀ, ਇਹੀ ਤੁਹਾਡੇ 'ਚ ਰੌਲਾ ਪਾਉਂਦੀ ਆ, ਕਲੇਸ਼ ਕਰਵਾਉਂਦੀ ਆ, ਉਹੀ ਗੱਲ ਹੋ ਗਈ। ਮੈਂ ਤਾਂ ਨਾ ਅੱਜ ਦੇਖ ਵੀ ਲਿਆ, ਦੇਖ ਲਿਆ ਕਿਵੇਂ ਛਿੱਤਰ ਪਵਾ ਤੇ, ਨਾਲੇ ਤਾਂ ਲੱਤਾਂ ਘਟਾਈ ਗਈ, ਨਾਲੇ ਕੀ ਮੇਰੇ ਅੰਦਰ ਜਾ ਕੇ ਝੂਠ ਬੋਲਣ ਲੱਗ ਗਈ, ਕੀ ਮੇਰੇ ਤਾਂ ਦੱਸ ਇਹਨੂੰ ਝੂਠ ਬੋਲ ਕੇ ਮੇਰੇ ਹੱਡ ਕਟਾ ਕੇ। ਚੱਲ ਜਿਹੀ ਜਿਹੀ ਹੈਗੀ ਆਦਤ ਇਹਦੀ। ਕਰਮਜੀਤ। ਹਾਂਜੀ ਡੈਡੀ। ਉਹ ਭਾਈ ਕਿੱਧਰ ਗਏ, ਦਿਖਦਾ ਨਹੀਂ ਕੋਈ? ਡੈਡੀ ਕੀ ਦੱਸਾਂ ਮੈਂ ਤੁਹਾਨੂੰ, ਅੱਜ ਤਾਂ ਨਾ ਮੰਮੀ ਨੇ ਸਿਰ ਦੁਖਣੇ ਦਾ ਬਹਾਨਾ ਲਾ ਲਿਆ, ਹੁਣ ਦਵਾਈ ਲੈਣ ਗਈ ਹੋਈ ਹੈ। ਸਿਰ ਦੁਖਣੇ ਦਾ ਬਹਾਨਾ ਲਾ ਲਿਆ? ਹਾਂਜੀ, ਮੈਨੂੰ ਤਾਂ ਬਹੁਤ ਪੁੱਠਾ ਸਿੱਧਾ ਬੁਲਵਾਇਆ ਉਹਨੇ, ਨਾਲੇ ਤਾਂ ਮੈਨੂੰ ਕਹਿੰਦੀ ਮੇਰੀਆਂ ਲੱਤਾਂ ਘੁੱਟ ਦੇ, ਫਿਰ ਕਹਿੰਦੀ ਤੂੰ ਜਾ ਕੇ ਪੈ ਜਾ ਆਰਾਮ ਕਰ ਲਾ। ਚੱਲ ਮੈਂ ਜਾ ਕੇ ਪੈ ਗਈ, ਮੈਨੂੰ ਕੀ ਪਤਾ ਤੀਵੀ ਐਡਾ ਵੱਡਾ ਕਲੇਸ਼ ਖੜਾ ਹੋਊਗਾ। ਬਾਅਦ 'ਚ ਜਦ ਉਹ ਆਏ ਫਿਰ ਉਹਨਾਂ ਨੂੰ ਕਹਿੰਦੇ ਕਹਿੰਦੀ ਇਹ ਤਾਂ ਸਵੇਰ ਦੀ ਸੁੱਤੀ ਪਈ ਆ, ਕੰਮ ਧੰਦਾ ਛੱਡੀ। ਉਹ ਤਾਂ ਹੀ ਤਾਂ ਪੁੱਤ ਮੈਂ ਤੈਨੂੰ ਸਮਝਾਉਣਾ ਹੁੰਦਾ ਵੀ ਆਪਣੀ ਸੱਸ ਤੋਂ ਬਚ, ਇਹ ਤਾਂ ਤੇਰੇ ਕੋਲ ਕੁਛ ਹੋਰ, ਉਹਦੇ ਕੋਲ ਕੁਛ ਹੋਰ, ਹੁਣ ਨਾਲੇ ਤਾਂ ਤੇਰੇ 'ਤੇ ਲੱਤਾਂ ਕਢਵਾ ਲਈਆਂ, ਨਾਲੇ ਉਹਨੂੰ ਕਹਿਤਾ ਹੋਣਾ ਵੀ ਉਹ ਤਾਂ ਅੰਦਰ ਸੁੱਤੀ ਪਈ ਹੈ। ਡੈਡੀ ਮੇਰੇ ਤਾਂ ਬਹੁਤ ਅੱਜ ਛਿੱਤਰ ਪਵਾਏ, ਮੈਂ ਤਾਂ ਅੱਜ ਦੇਖ ਲਿਆ ਮੰਮੀ ਨੂੰ, ਇਹ ਤਾਂ ਦੋ ਮੂੰਹ ਹੀ ਬਣੀ ਪਈ ਹੈ ਮੰਮੀ ਦਾ, ਕੋਈ ਗੱਲ ਤੇ ਖੜਦੀ ਹੋਈ ਨਹੀਂ। ਆਹੀ ਤਾਂ ਤੈਨੂੰ ਮੈਂ ਸਮਝਾਉਂਦਾ ਹੁੰਦਾ ਤਾਂ ਵੀ ਇਹਦੇ ਨਾਲ ਨਾ ਲੱਗੀ ਤੂੰ, ਇਹ ਤਾਂ ਛਿੱਤਰ ਪਾਉਣ ਵਾਲੀ ਹੈ, ਤੇਰੇ ਕੋਲ ਤਾਂ ਮਿੱਠੀ ਬਣ ਜਾਂਦੀ ਹੈ ਇਹ, ਮੈਂ ਕਿਹਾ ਜਾਣਦਾ ਨਹੀਂ, ਸਾਰੀ ਉਮਰ ਤਾਂ ਮੈਂ ਇਹਦੇ ਨਾਲ ਕੱਢੀ ਹੈ। ਮੈਂ ਤਾਂ ਦੇਖ ਲਿਆ ਅੱਜ ਮੰਮੀ ਨੂੰ, ਲੋਕਾਂ ਦੀਆਂ ਬੂਹਾਂ ਦੀ ਤਾਰੀਫ ਕਰੀ ਜਾਊ, ਆਪਦੀ ਨੂੰਹ ਦਾ ਐਵੇਂ ਨਹੀਂ ਵੀ ਘਰ ਬਸਣ ਦੇ ਦੇ। ਘਰ ਤਾਂ ਇਹਨੇ ਵੀ ਆਪਣਾ ਖਰਾਬ ਕਰ ਲੈਣਾ, ਮੈਨੂੰ ਦਿਖਦਾ ਆ, ਨਾਲੇ ਉਹਨੂੰ ਦਵਾਈ ਦਵਾਉਣ ਲੈ ਕੇ ਗਿਆ, ਤੈਨੂੰ ਵੀ ਲੈ ਜਾਂਦਾ ਨਾਲ, ਤੂੰ ਕਿਆ ਬਿਮਾਰ ਨਹੀਂ ਤੀ ਹੈਗੀ?
ਕੁਛ ਵੀ ਨਹੀਂ ਹੋਇਆ ਨਾਲੇ ਮੰਮੀ ਨੂੰ ਤਾਂ ਉਹ ਤਾਂ ਜਦੋਂ ਇਹ ਆਈ ਨਾ ਉਹਦੀ ਬਹਾਨਾ ਲਾ ਲਿਆ ਸਿਰ ਬੰਨ ਕੇ ਪੈ ਗਈ ਬਹਾਨੇ ਉਹ ਲਾਉਂਦੀ ਹੈ ਪਰ ਪੁੱਤ ਤੂੰ ਮਾੜੀ ਮੋਟੀ ਕੈੜੀ ਹੋ ਐ ਕਿਵੇਂ ਚੱਲੂਗਾ ਦੱਸ ਹੈ ਹੁਣ ਤੈਨੂੰ ਦਵਾਈ ਨਹੀਂ ਦਵਾਈ ਤੈਨੂੰ ਦਵਾਈ ਦੀ ਲੋੜ ਹੈ ਉਹਨੂੰ ਲੋੜ ਨਹੀਂ ਉਹਨੂੰ ਫਿਰ ਵੀ ਲੈ ਗਿਆ ਮੈਨੂੰ ਕੌਣ ਦਵਾਈਆਂ ਦਵਾਉਂਦਾ ਡੈਡੀ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਤਾਂ ਕਹਿ ਦਿੰਦੇ ਨੇ ਬੁਖਾਰ ਦੀ ਗੋਲੀ ਪਈ ਆ ਲੈ ਲਾ ਪੁੱਤ ਕਰਿਆ ਵੀ ਕੀ ਜਾਵੇ ਹੁਣ ਦੱਸ ਉਹਨੂੰ ਲੈ ਗਿਆ ਨਾਲੇ ਧਾਤੜੇ ਆ ਉਹਦੇ ਤਾਂ ਪੂਰੇ ਧਾਤੜੇ ਸਾਰੀ ਉਮਰ ਮੇਰੇ ਨਾਲ ਮੈਨੂੰ ਪਤਾ ਸਾਰੀ ਉਮਰ ਧਾਤੜੇ ਲਾਏ ਇਹਨੇ ਕਦੇ ਇੱਧਰ ਨਹੀਂ ਉੱਧਰ ਉੱਧਰ ਨਹੀਂ ਇੱਧਰ ਅੱਜ ਤਾਂ ਮੈਂ ਦੇਖ ਲਿਆ ਡੈਡੀ ਅੱਜ ਤਾਂ ਮੇਰੇ ਕੰਨਾਂ ਨੂੰ ਹੱਥ ਲਵਾ ਦੇ ਮੰਮੀ ਨੇ ਚੱਲ ਹੁਣ ਅੱਗੇ ਨੂੰ ਖਿਆਲ ਰੱਖੀ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਮੈਂ ਤੈਨੂੰ ਸਮਝਾ ਕੇ ਤਾਂ ਕਿਹਾ ਤਾਂ ਜਦ ਵੀ ਆਉਂਦੇ ਆ ਇਹਨਾਂ ਦੇ ਮੂੰਹ ਮੱਥੇ ਨਾ ਲੱਗਿਆ ਕਰ ਆਪਣਾ ਕੰਮ ਕਰੀ ਜਾਇਆ ਕਰ ਮੈਨੂੰ ਤਾਂ ਇਹਦੀ ਵੀ ਚੱਲ ਮੇਰਾ ਮਾੜੀ ਮੋਟੀ ਮੰਮੀ ਕਹਿੰਦੀ ਆ ਗੱਲ ਪਰ ਮੰਮੀ ਤਾਂ ਮਿੰਟ 'ਚ ਦੀ ਬਦਲ ਗਈ ਮੈਂ ਤਾਂ ਅੱਜ ਦੇਖ ਹੀ ਲਿਆ ਬਸ ਹੁਣ ਦੇਖ ਲਿਆ ਨਾ ਹੁਣ ਨਹੀਂ ਤਾਂ ਅੱਗੇ ਨੂੰ ਇਹਨਾਂ ਦੀਆਂ ਗੱਲਾਂ 'ਚ ਆਉਣਾ ਠੀਕ ਹੈ ਨਾ ਠੀਕ ਹੈ ਡੈਡੀ ਹਾਂ ਪਾਣੀ ਲਿਆ ਕੇ ਦੇ ਮੈਂ ਡੈਡੀ ਤੁਹਾਨੂੰ ਹਾਂ ਚੱਲ ਪਾਣੀ ਲਿਆ ਦੇ ਲੈ ਦੱਸ ਉਹ ਇੰਨੀ ਸਾਊ ਇਹਨਾਂ ਨੂੰ ਨੂੰਹ ਮਿਲੀ ਵੀ ਹੈ ਹੈ ਹੋਰਾਂ ਦੀਆਂ ਨੂੰਹਾਂ ਦੀਆਂ ਕਰੀ ਜਾਂਦੀਆਂ ਸਿਫਤਾਂ ਆ ਕੇ ਆਪਣਾ ਨਹੀਂ ਘਰ ਦਿਖਦਾ ਇਹਨੂੰ ਆ ਜਾਓ ਮੰਮੀ ਆ ਜਾਓ ਚਲੋ ਜਦੋਂ ਇਹੋ ਜਿਹਾ ਕੰਮ ਹੁੰਦਾ ਨਾ ਮੈਨੂੰ ਫੋਨ ਕਰਦਿਆ ਕਰੋ ਮਾੜਾ ਜਿਹਾ ਇਸ ਘਰ ਦੇ ਵਿੱਚ ਨਹੀਂ ਖਿਆਲ ਕਿਸੇ ਨੂੰ ਤੁਹਾਡਾ ਮੈਨੂੰ ਇਹ ਖਿਆਲ ਹੈ ਬਸ ਬਾਪੂ ਉਹ ਪਤਾ ਨਹੀਂ ਕਿੱਥੇ ਫਿਰਦਾ ਕਿਹੜੇ ਸਰਪੰਚਾਂ ਨਾਲ ਹੈ ਕਰਮਜੀਤ ਉਹ ਦੱਸ ਵੀ ਤੂੰ ਖਿਆਲ ਤਾਂ ਕਰ ਲੈ ਹੈ ਪੁੱਤ ਮੇਰੀ ਤਾਂ ਬਹੁਤ ਹੀ ਬੇਬਸੀ ਹੋ ਗਈ ਉਹ ਕੀ ਗੱਲ ਹੋ ਗਈ ਆ ਜਾ ਬਹਿ ਜਾ ਆ ਜਾ ਕੀ ਗੱਲ ਹੋ ਗਈ ਉਹ ਤੈਨੂੰ ਮਾੜਾ ਮੋਟਾ ਘਰ ਦਾ ਖਿਆਲ ਹੈ ਬਾਪੂ ਕੀ ਹੋ ਗਿਆ ਘਰ ਨੂੰ ਕਹਿੰਦਾ ਕੀ ਹੋ ਗਿਆ ਹਾਂ ਆ ਮਾਂ ਦਾ ਕੀ ਹਾਲ ਹੈ ਆ ਦੇਖ ਲੈ ਉਹ ਕਿਆ ਹੋਇਆ ਜ਼ੁਕਾਮ ਹੋਇਆ ਇਹਨੂੰ ਹੋਰ ਕੀ ਹੋ ਗਿਆ ਇਹਨੂੰ ਜ਼ੁਕਾਮ ਹੋਇਆ ਹੈ ਹਾਂ ਉਹ ਬੀਪੀ 200 ਤੋਂ ਪਾਰ ਹੋਇਆ ਹੋਇਆ ਸੀ ਸਿਰ ਦੁਖਦਾ ਬੁਰਾ ਹਾਲ ਹੈ ਮਾਤਾ ਦਾ ਉਹ ਕੋਈ ਬੀਪੀ ਬੂਪੀ ਨਹੀਂ ਵਧਿਆ ਇਹਦਾ ਸਾਰਾ ਕੁਝ ਦੱਸਤਾ ਮੈਨੂੰ ਕਰਮਜੀਤ ਨੇ ਟਕ ਮੰਜੇ ਦਾ ਕਰਦੀ ਹੈ ਆਹੀ ਤਾਂ ਸਾਰੀ ਗੱਲ ਹੈ ਕੀ ਗੱਲ ਹੈ ਤੂੰ ਭਰੀ ਜਾਣਾ ਕਰਮਜੀਤ ਦੇ ਕੰਨ ਉਹ ਤੇਰੇ ਕੰਨ ਭਰੀ ਜਾਂਦੇ ਹੈ ਉਹ ਤੁਸੀਂ ਤੁਹਾਡਾ ਹਿਸਾਬ ਕਿਤਾਬ ਕਿਆ ਗਾ ਇਹ ਉਹ ਮੈਂ ਕਿਸੇ ਦੇ ਕੰਨ ਨਹੀਂ ਭਰਦਾ ਨਾਲੇ ਨਾ ਉਹਨੇ ਮੇਰੇ ਕੰਨ ਭਰੇ ਆ ਹੈ ਉਹ ਬਹਾਨੇ ਤਾਂ ਇਹ ਲਾਉਂਦੀ ਹੈ ਅੱਛਾ ਬਹਾਨੇ ਲਾਉਂਦੀ ਹੈ ਮਾਂ ਮੇਰੀ ਮਰਨ ਹੋਈ ਵੀ ਖਿਆਲ ਤੁਹਾਨੂੰ ਹੈ ਨਹੀਂ ਦਾ ਉਲਟਾ ਤੁਸੀਂ ਮੈਨੂੰ ਹੀ ਕਹਿ ਰਿਹਾ ਹੈਗਾ ਹੈ ਓਏ ਤੈਨੂੰ ਇਹ ਭੜਕਾਉਂਦੀ ਹੈ ਇਹ ਕੁਝ ਵੀ ਨਹੀਂ ਤਾਂ ਹੋਇਆ ਪਾ ਇਹਨੂੰ ਹੈ ਪਹਿਲਾਂ ਤਾਂ ਕਰਮਜੀਤ ਤੇ ਲੱਤਾਂ ਕਢਵਾ ਲੀਆਂ ਬਾਅਦ ਚੋਂ ਬਹਾਨਾ ਲਾ ਕੇ ਕਹਿੰਦੀ ਜੀ ਇਹਨੇ ਤਾਂ ਮੈਨੂੰ ਪੁੱਛਿਆ ਕੋਈ ਨਹੀਂ ਉਹ ਗੱਡੀ 'ਚ ਤਾਂ ਦੇਖ ਲੈ ਐਡਾ ਥੱਬਾ ਗੋਲੀਆਂ ਦਾ ਚਾਰ ਟੈਸਟ ਹੋਏ ਆ ਮਾਤਾ ਦੇ ਤਿੰਨ ਟੈਸਟਾਂ 'ਚ ਪ੍ਰੋਬਲਮ ਆਈ ਹੈਗੀ ਬੱਲੇ ਬੱਲੇ ਪ੍ਰੋਬਲਮ ਆਈ ਹੈ ਉਹ ਜੇ ਮੈਂ ਚਲੇ ਜਾਵਾਂ ਨਾ ਤੰਦਰੁਸਤ ਬੰਦਾ ਤਾਂ ਵੀ ਡਾਕਟਰ ਐਡੀਆਂ ਐਡੀਆਂ ਰਿਪੋਰਟਾਂ ਬਣਾ ਦਿੰਦੇ ਆ ਇੰਨੀਆਂ ਦਵਾਈਆਂ ਹੋਰ ਦੇ ਦਿੰਦੇ ਚੱਕ ਕੇ ਕਹਿੰਦਾ ਦੇ ਦਿੱਤੀਆਂ ਦਵਾਈਆਂ ਲੈ ਮੈਨੂੰ ਸਮਝਦਾ ਹੈ ਤੂੰ ਮੇਰੀ ਸੁਣ ਲੈ ਗੱਲ ਤੂੰ ਤਾਂ ਰਹਿਣਾ ਰੈਲੀਆਂ ਤੇ ਹੈ ਮੈਂ ਤਾਂ ਅੱਗ ਲੱਗ ਜੇ ਜੇ ਰੈਲੀਆਂ ਨੂੰ ਜਿਹੜਾ ਤੈਨੂੰ ਘਰ ਨਹੀਂ ਦੇਖਣ ਦਿੰਦੀਆਂ ਦੂਜੀ ਗੱਲ ਜਿਹਦਾ ਮਾਤਾ ਦਾ ਖਿਆਲ ਰੱਖਣਾ ਰੱਖ ਨਹੀਂ ਸਾਡਾ ਖਿਹੜਾ ਛੱਡ ਜਾ ਦਫਾ ਉਹ ਖਿਹੜਾ ਛੱਡ ਆਹੋ ਤੂੰ ਕਾਹਨੂੰ ਬੋਲਦਾ ਚੁੱਪ ਕਰ ਨਾ ਕੀ ਦਫਾ ਉਹ ਕੀ ਕਹਿਣਾ ਚਾਹੁੰਦਾ ਤੂੰ ਜਦ ਇਸ ਘਰ ਦੇ ਵਿੱਚ ਤੇਰਾ ਕੋਈ ਹੱਕੇ ਨਹੀਂ ਮਤਬਲੇ ਨਹੀਂ ਤੈਨੂੰ ਫਿਕਰ ਨਹੀਂ ਹੈ ਵੀ ਤਾਂ ਲੋਕੇ ਲੈਣੇ ਘਰ 'ਚ ਦਫਾ ਉਹ ਨਾ ਹੁਣ ਤੱਕ ਮੈਂ ਘਰ ਵਾਸਤੇ ਕਮਾਇਆ ਨਾਲੇ ਤੈਨੂੰ ਪਾਲਿਆ ਹੈ ਕਹਿੰਦਾ ਦਫਾ ਉਹ ਆਸਾਨ ਕਰਤਾ ਪਾਲ ਕੇ ਸਾਰੀ ਪਾਲਦੇ ਤੈਂ ਕਿੱਥੇ ਪਾਲਿਆ ਚੱਲ ਆਸਾਨ ਨਹੀਂ ਕਰਿਆ ਤੂੰ ਕਿਵੇਂ ਕਹਿੰਦਾ ਮੈਨੂੰ ਵੀ ਦਫਾ ਉਹ ਮੇਰੇ ਤਾਂ ਕਿਆ ਕਰਿਆ ਸਾਰੇ ਟਰੱਕਾਂ ਪਰ ਕੱਢ ਦਿੱਤਾ ਕਦੀ ਦੇਖਿਆ ਕਰਕੇ ਨਹੀਂ ਹੈ ਉਹ ਤਾਂ ਮੇਰੀ ਮਾਂ ਵਿਚਾਰੀ ਹੈ ਜਿਹਨੇ ਸਾਨੂੰ ਪਾਲਿਆ ਗਾ ਹੈ ਮੇਰੀ ਭੈਣ ਨੂੰ ਪੜ੍ਹਾ ਲਿਖਾ ਕੇ ਐਡਾ ਬੜਾ ਕਰਤਾ ਉਹ ਟਰੱਕਾਂ ਦੀ ਕਮਾਈ ਨਾਲੇ ਤੁਸੀਂ ਪੜ੍ਹ ਲਿਖ ਗਏ ਤਰੱਕੀਆਂ ਕਰਕੇ ਆਹ ਮਕਾਨ ਬਣ ਗਏ ਉੱਥੇ ਟਰੱਕਾਂ ਨੂੰ ਕਿਤੇ ਮੈਂ ਨਜ਼ਾਰੇ ਲੈਣ ਨੂੰ ਤਾਂ ਫਿਰਦਾ ਕਮਾਈ ਕਰਕੇ ਲਿਆਉਂਦਾ ਤਾਂ ਕਰਾਂ ਅਸੀਂ ਲੰਘ ਜਾਂਦੇ ਫਿਰ ਮੈਂ ਮਾਂ ਨੂੰ ਲੈ ਕੇ ਲੰਘ ਜਾਂਦਾ ਸਾਂਭਲਾ ਸਾਰਾ ਕੁਛ ਰੱਖ ਆਪਦੀ ਨੂੰਹ ਨੂੰ ਕਹਿੰਦਾ ਰੱਖ ਆਪਦੀ ਮੂੰਹ ਉਹ ਤੈਨੂੰ ਸ਼ਰਮ ਵੀ ਹੈ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਕੋਈ ਅਕਲ ਨੂੰ ਹੱਥ ਮਾਰ ਹੈ ਮੇਰੀ ਸੁਣ ਗੱਲ ਬਾਪੂ ਮੈਨੂੰ ਮਾਂ ਦੇ ਵੱਧ ਕੇ ਕੁਛ ਨਹੀਂ ਹੈ ਠੀਕ ਹੈ ਜੇ ਤਾਂ ਮੇਰੀ ਮਾਂ ਦਾ ਖਿਆਲ ਰੱਖੇਗਾ ਤਾਂ ਠੀਕ ਹੈ ਨਹੀਂ ਤਾਂ ਯਾਰ ਤੂੰ ਚੱਲ ਜਾਂ ਮੈਂ ਚੱਲਾਂ ਨਾਲ ਰਹੀ ਗੱਲ ਕਮਾਈ ਦੀ ਮੈਂ ਨੌਕਰੀ ਕਰਦਾ ਤਾਂ ਘਰ ਚੱਲਦਾ ਠੀਕ ਹੈ ਹਾਂ ਠੀਕ ਹੈ ਸਮਝ ਗਿਆ ਮੈਂ ਤੂੰ ਕੀ ਕਹਿਣਾ ਚਾਹੁੰਦਾ ਹਾਂ ਓਏ ਨਾਲੇ ਜਿਹੜੇ ਘਰ 'ਚ ਮੇਰੀ ਇੱਜ਼ਤ ਨਹੀਂ ਨਾ ਮੈਂ ਉੱਥੇ ਰਹਿੰਦਾ ਵੀ ਹੈ ਨਹੀਂ ਜਾਂ ਦਫਾ ਹੋ ਜਾ ਕੋਈ ਗੱਲ ਨਹੀਂ ਜਿਹੜੇ ਘਰ 'ਚ ਮੇਰੀ ਇੱਜ਼ਤ ਨਹੀਂ ਮੈਂ ਉੱਥੇ ਰਹਿ ਕੇ ਵੀ ਕੀ ਕਰਨਾ ਉਹ ਜਿਹੜੇ ਘਰ 'ਚ ਬਜ਼ੁਰਗਾਂ ਦਾ ਸਤਿਕਾਰ ਹੀ ਨਹੀਂ ਉਸ ਘਰ 'ਚ ਰਹਿਣਾ ਵੀ ਕੀ ਹੋਇਆ ਓ ਜਾ ਤੂੰ ਚਲੇ ਜਾ ਡਰਾਮੇ ਕਰਦਾ ਬੇ ਪੁੱਤ ਐਂ ਕਾਹਨੂੰ ਬੋਲਦਾ ਕਿਸੇ ਨੇ ਸੁਣ ਲਿਆ ਇੰਨੀਆਂ ਗੱਲਾਂ ਬਣਾਉਣਗੇ ਲੋਕ ਆ ਕਰਮਜੀਤ ਜਾ ਕੇ ਆਪਣੇ ਪੇਕੇ ਦੱਸੂਗੇ ਸਾਰਾ ਕੁਛ ਵੀ ਐਂ ਬੋਲਦਾ ਆਪਣੇ ਬਾਪ ਨੂੰ ਓਹੋ ਬਾਪ ਕਿਹੜੇ ਘੱਟ ਬੋਲਦਾ ਐਡੇ ਦੇ ਜਵਾਨ ਲੱਗੀ ਬਾਪ ਦੇ ਕਹਿੰਦਾ ਮੈਂ ਚੱਲਿਆ ਜਾ ਕੌਣ ਸਿਆਣ ਦਾ ਬਾਹਰ ਬੁੜਿਆਂ ਨੂੰ ਗੁਰਦੁਆਰੇ 'ਚ ਵੀ ਰੋਟੀ ਐਂ ਨਹੀਂ ਮਿਲਦੀ ਉੱਥੇ ਸੇਵਾ ਕਰਨੀ ਪੈਂਦੀ ਕਰ ਲੂੰ ਸਾਰਿਆਂ ਦਾ ਵਿਹਲਾ ਬੈਠਾ ਭਾਲਦਾ ਗਾ ਇਹ ਡੱਕਾ ਨਹੀਂ ਤੋੜਦਾ ਜਾਂ ਤੇ ਟਰੱਕ ਜਾ ਵੇਚਿਆ ਗਾ ਹੈ ਇੱਕ ਰੁਪਈਏ ਦਾ ਕੰਮ ਨਹੀਂ ਕਰਿਆ ਇਹਨੇ ਕਦੀ ਕਿਹਾ ਵੀ ਲਿਆ ਮੈਂ 10 ਰੁਪਏ ਦਾ ਦਹੀਂ ਲਿਆਉਣ ਦਵਾਂ ਲਿਆ ਕਰਦਾ ਆਟਾ ਲਿਆਉਣ ਦਵਾਂ ਫਿਰ ਆ ਬਹੂ ਦੇ ਨਾਲ ਚੁਗਲੀਆਂ ਕਰ ਲੈਂਦਾ ਉਹਦੇ ਮੂਹਰੇ ਚੰਗਾ ਬਣ ਜਾਂਦਾ ਫਿਰ ਬਸ ਆਹ ਕੰਮ ਹੈ ਤੂੰ ਮਾਤਾ ਫਿਕਰ ਨਾ ਕਰ ਸ਼ਾਮ ਤੱਕ ਨਾ ਆ ਖਾ ਕੇ ਕਿਸੇ ਕੋਲ ਭੁੱਕੀ ਦਾ ਕਾਰਡ ਆ ਜਾ ਦੁਬਾਰੇ ਘਰਾਂ ਜਾਂ ਕਿਸੇ ਕੋਲ ਪਊਆ ਪੀ ਕੇ ਘਰਾਂ ਆ ਜਾਊਗਾ ਆ ਕੇ ਤੂੰ ਗੱਲਾਂ ਬੋਲ ਦੂ ਗਾਲਾਂ ਕੱਢ ਦੂ ਪੈ ਜੂ ਚੱਲ ਬਸ ਹੋ ਗਈ ਲੜਾਈ
ਇਹਨਾਂ ਦਾ ਬਾਪੂ ਵੀ ਧੱਕੇ ਮਾਰ ਕੇ ਕੱਢਤਾ ਬਾਹਰ। ਜੇ ਮੈਂ ਰੋਕੂੰਗੀ ਐਂ ਨਹੀਂ ਪਤਾ ਮੈਨੂੰ ਵੀ ਨਾਲੇ ਕੱਢ ਦੇਣ ਘਰ ਤੋਂ। ਬੋਲ ਤਾਂ ਦੇਖ ਕੇ ਮੇਰਾ ਇਹਨੇ ਦੋਵੇਂ ਜਣੇ ਰਲ ਕੇ ਲੈ ਮਾਤਾ ਨੇ ਵੀ ਨਹੀਂ ਰੋਕਿਆ ਹੈਗਾ, ਸਾਰੀ ਉਮਰ ਕੱਟੀ ਆ ਉਹਦੇ ਨਾਲ। ਹੁਣ ਕੀ ਕਰਾਂ ਮੈਂ, ਬਾਪੂ ਨੂੰ ਰੋਕ ਵੀ ਨਹੀਂ ਸਕਦੀ, ਮੈਂ ਮੂਹਰੇ ਬੈਠੇ ਹਾਂ। ਐਂ ਕਰਦੀ ਹਾਂ ਮੈਂ, ਪਿਛਲੇ ਵਿਹੜੇ 'ਚ ਹੀ ਵਗ ਜਾਂਦੀ ਹਾਂ, ਬੋਲੀ ਜਾਣ ਦੇ ਇਹਨਾਂ ਨੂੰ। ਵੀਰੇ ਡੈਡੀ ਨੂੰ 3-4 ਦਿਨ ਹੋ ਗਏ ਲੰਘੇ ਹੋਏ, ਤੁਸੀਂ ਕੋਈ ਰਿਪੋਰਟ ਰਿਪਾਰਟ ਲਿਖਾਈ? ਰਿਪੋਰਟ ਤਾਂ ਲਿਖਾਈ ਹੈ ਗਗਨ, ਰਿਪੋਰਟ ਵੀ ਲਿਖਾਤੀ, ਸਭ ਪਾਸੇ ਲੱਭ ਲਿਆ, ਸਾਰੇ ਯਾਰਾਂ ਦੋਸਤਾਂ ਕੋਲ ਜਾਏ ਉਹਦਿਆਂ ਕੋਲ, ਮੈਂ ਆਪ ਦੇ ਯਾਰਾਂ ਦੋਸਤਾਂ ਕੋਲ ਜਾਇਆ ਆ, ਕਿਤੇ ਨਹੀਂ ਪਤਾ ਲੱਗਿਆ ਹੈਗਾ। ਥਾਣੇ 'ਚ ਮੈਂ 3 ਵਾਰੀ ਜਾਇਆ, ਉਹ ਕਹਿੰਦਾ ਬਾਈ ਰਿਪੋਰਟ ਲਿਖਾਈ ਵੀ ਹੈ, ਜਦ ਬਾਪੂ ਮਿਲੂਗਾ ਦੱਸ ਦਾਂਗੇ। ਹੁਣ ਤਾਂ ਇੱਕੋ ਇਲਾਜ ਹੈਗਾ, 2 ਦਿਨ ਹੋਰ ਦੇਖਣਾ ਮੰਮੀ, ਉਹ ਫਿਰ ਉਹ ਨਹੀਂ ਇਸ਼ਤਿਹਾਰ 'ਚ ਹੀ ਲਵਾਉਂਦੇ ਹੁੰਦੇ, ਫਿਰ ਉਹ ਲਵਾ ਦਾਂਗੇ, ਹੁਣ ਕਿਆ, ਹੁਣ ਕਿਆ ਕਰੀਏ, ਰਸਤੇ ਦਾ ਆਪ ਟੈਨਸ਼ਨ 'ਚ ਆਏ ਵੇਗੇ। ਹੋਰ ਗੱਲ ਹੋਈ ਸੀ ਵੀਰ? ਨਾ ਗੱਲ ਕੀ ਹੋਣੀ ਹੈ ਜੀ, ਬਾਪੂ ਨਾਲ ਉਹ ਤਾਂ ਲੜਦੇ ਨੀ ਬਾਪੂ ਕਿਸੇ ਨਾਲ, ਨਾ ਮੈਂ ਬਾਪੂ ਨਾਲ ਲੜਿਆਗਾ, ਲੜਾਈ ਝਗੜਾ ਤਾਂ ਕੀ ਹੋਣਾ। ਬੇਬੇ ਤੁਹਾਡੇ ਨਾਲ ਵੀ ਨਹੀਂ ਹੋਇਆ ਕੋਈ? ਦਰਅਸਲ ਨਾ ਜਦ ਆਪਾਂ ਦਵਾਈ ਲੈਣ ਗਏ ਉਸ ਤੋਂ ਬਾਅਦ ਬਾਪੂ ਦਿਖਿਆ ਹੀ ਨੀ ਹੈਗਾ। ਚੰਗੀ ਤਰੀਕੇ ਨਾਲ ਚੈੱਕ ਕੀਤੇ ਸਾਰੇ ਕੈਮਰੇ ਦੀ? ਕੈਮਰੇ ਹੁਣ ਗਗਨ ਕੈਮਰੇ ਦਾ ਗੇਟ ਤੱਕ ਦਿਖਾਉਣਗੇ, ਹੁਣ ਗਾਹਾਂ ਥੋੜਾ ਕਿੱਥੇ ਦਿਖਾਉਣਗੇ। ਹੋਰ ਤੁਸੀਂ ਚੰਗੀ ਤਰੀਕੇ ਨਾਲ ਉਹਨਾਂ ਦੇ ਦੋਸਤਾਂ ਨੂੰ ਸਾਰਿਆਂ ਨੂੰ ਪੁੱਛਿਆ? ਮੈਂ ਤਾਂ ਦੇਖ ਪੂਰਾ ਦਿਨ ਲਾਤਾ, ਅਗਲੇ ਦਿਨ ਮੈਂ ਥਾਣੇ ਗਿਆ, ਪਤਾ ਕਰਕੇ ਆਇਆ ਵਿਚਾਰਾ। ਮੈਂ ਤਾਂ 2-3 ਦਿਨ ਘੁੰਮੀ ਗਿਆ, ਛੁੱਟੀਆਂ ਵੀ ਕਰੀਆਂ, ਮੈਂ ਤਾਂ ਗਗਨ ਉਦੋਂ ਦਾ ਡਿਊਟੀ ਨਹੀਂ ਗਿਆ ਹੈਗਾ। ਹੋਰ ਅੱਜ ਤੈਂ ਆਉਣਾ ਸੀ, ਫਿਰ ਛੁੱਟੀ ਕਰ ਲਈ ਮੈਂ। ਵੀਰ ਜੀ ਤੁਹਾਨੂੰ ਪਤਾ ਮੈਨੂੰ ਜਿੱਦਾਂ ਹੀ ਪਤਾ ਲੱਗਿਆ ਨਾ ਮੈਂ ਤਾਂ ਭੱਜੀ ਹੋਈ ਆਈ, ਮੈਂ ਤਾਂ ਕੱਪੜੇ ਵੀ ਨਹੀਂ ਬਦਲੇ, ਤੁਸੀਂ ਆਪ ਦੇਖ ਲਓ। ਚਲ ਓਹੋ ਗਗਨ ਹੁਣ ਕੱਪੜੇ ਕਿੱਥੇ ਸੋਚਦੇ ਨੇ ਯਾਰ, ਘਰ 'ਚ ਇਹੋ ਜਿਹਾ ਕੰਮ ਹੋਇਆ ਹੋਵੇ। ਉਹੀ ਤਾਂ ਗੱਲ ਹੈ ਵੀਰ ਜੀ, ਇਹਦੇ ਚੱਜਣਾ ਰੋਟੀ ਵੀ ਨਹੀਂ ਖਾਧੀ। ਸਤਿ ਸ਼੍ਰੀ ਅਕਾਲ। ਕਿੱਥੇ ਲੰਘਦਾ ਕਰੋ ਜੀ ਪਾਣੀ। ਭਾਬੀ ਤੁਸੀਂ ਕਿੱਥੇ ਸੀਗੇ ਕਦੇ ਗੱਲ ਹੋਈ? ਮੈਂ ਤਾਂ ਇੱਥੇ ਸੀਗੀ, ਪਿਛਲੇ ਵਿਹੜੇ 'ਚ ਸੀਗੀ। ਇੱਥੇ ਤੇ ਵੀ ਇਹਨੇ ਕਿੱਥੇ ਜਾਣਾ, ਇਹ ਵੀ ਘਰੇ ਹੀ ਸੀ। ਇਹ ਇਹਨੂੰ ਵੀ ਪੁੱਛਿਆ ਮੈਂ ਘਰੇ ਆ ਕੇ, ਮੈਂ ਇਹਨੂੰ ਵੀ ਕਿੰਨੀਆਂ ਗਾਲਾਂ, ਵੀ ਤੂੰ ਦੇਖ ਨਹੀਂ ਸਕਦੀ ਰਹੀ ਬਾਪੂ ਵੀ ਜੇ ਘਰੋਂ ਗਿਆ ਗਾ, ਇਹ ਪਤਾ ਨਹੀਂ ਕੀ ਹੋ ਰਹੇ। ਇਹ ਵੀ ਉਲਝੀ ਫਿਰਦੀ ਉਦਣ ਦੀ, ਇਹ ਵਿਚਾਰੀ ਬਾਪੂ ਦਾ ਕਰਦੀ ਬਹੁਤ ਸੀ, ਇਹ ਵੀ ਹੋਰੇ ਹੋਰੇ ਗੱਲਾਂ 'ਚ ਕਰੀ ਜਾਂਦੀ ਹੈ। ਹੁਣ ਕਦੀ ਕਹਿ ਦਿੰਦੀ ਮੈਂ ਉੱਥੇ ਖੜੀ ਤੀ, ਕਦੀ ਮੈਂ ਪਿਛਲੇ ਵਿਹੜੇ 'ਚ ਤੀ, ਕਦੀ ਮੈਂ ਕੱਪ ਬੋਰਡ ਕੋਲ ਤੀ। ਇਹਦਾ ਹੁਣ ਕਿਆ ਸੱਚ ਮੰਨੀ? ਢਿੱਲੀ ਹੋਇਆ ਗਗਨ, ਇਹ ਵੀ ਹੋਰ ਇਹ ਵੀ ਸੋਚੀ ਜਾਂਦੀ ਹੈ। ਚਾਹ ਚੋ ਬਣਾ ਲੈ ਤੂੰ, ਕਰਮੀ ਜਾ ਚਾਹ ਬਣਾ ਲੈ, ਜਾ ਜਾ ਨਾਲੇ ਰੋਟੀ ਵੀ ਤਾਰ ਲਈ ਵਿਚਾਰੀ ਪਿੰਡੋਂ ਆਈ ਹੈ, ਭੱਜੀ ਆਈ ਹੈ, ਭੱਜੀ ਆਈ ਹੈ, ਕਦੀ ਮੇਰੇ ਹਾਲ ਪੈ ਗਿਆ। ਹੋ ਜਾ ਜਾ ਜਾ। ਭਾਬੀ ਦੇ ਮੂੰਹ ਨੂੰ ਵੇਖ ਕੇ ਲੱਗਦਾ ਭਾਬੀ ਨੂੰ ਕੁਛ ਤਾਂ ਪਤਾ ਹੈ, ਜੋ ਇਹਨਾਂ ਦੇ ਮੂਹਰੇ ਬੋਲ ਨਹੀਂ ਰਹੇ, ਲੱਗਦਾ ਇਕੱਲੇ ਗੱਲ ਕਰਨੀ ਪੈਣੀ। ਪਤਾ ਕਿਆ ਚੱਕਰ ਗਗਨ, ਹੁਣ ਨਾ ਕਈ ਦਿਨ ਤੇ ਡੈਡੀ ਨਾ ਹੋਰੇ ਤਰ੍ਹਾਂ ਦੀ ਗੱਲਾਂ ਜੀ ਕਰੀ ਜਾਂਦਾ ਸੀ, ਇਕੱਲਾ ਬੈਠਿਆ ਹੀ ਐਂ ਜੀ ਇਸ਼ਾਰੇ ਜੇ ਕਰੀ ਜਾਣੇ, ਹੱਸੀ ਜਾਣਾ, ਖੜਾ ਹੋ ਜਾਣਾ, ਬੈਠ ਜਾਣਾ, ਹੈ ਨਾ ਮੰਮੀ, ਹੋਰੇ ਤਰ੍ਹਾਂ ਗੱਲਾਂ ਭੁੱਲ ਜੇ ਕਰਦਾ ਸੀ ਕਹਿ ਕੇ। ਇੱਕ ਦਿਨ ਕਹਿੰਦਾ ਰੋਟੀ ਖਾ ਲਈ, ਰੋਟੀ ਖਾ ਕੇ ਕਹਿੰਦਾ ਲੈ ਜਾਓ ਭਾਂਡੇ, ਲੈ ਜਾਓ ਭਾਂਡੇ ਭੁੰਡੇ ਲੈ ਕੇ ਹੱਥ ਜੇ ਕਰਕੇ ਸਾਹਿਬ ਲਿਆਓ ਭਾਈ ਰੋਟੀ। ਮੈਂ ਕਿਹਾ ਡੈਡੀ ਹੁਣ ਤਾਂ ਰੋਟੀ ਖਾ, ਮੈਂ ਕਿੱਥੇ ਕਹਿੰਦਾ ਲੜ ਪਿਆ, ਕਹਿੰਦਾ ਤੁਸੀਂ ਸਾਨੂੰ ਭੁੱਖਾ ਰੱਖਦੇ ਹੋ, ਲੜਦਾ ਤਾਂ ਬਹੁਤ। ਚੱਲ ਬਾਈ ਮੈਂ ਰੋਟੀ ਫੇਰ ਰੱਖਦੀ ਮੂਹਰੇ, ਰੋਟੀ ਨਾਲ ਤਾਂ ਬਹੁਤਾ ਹੀ ਲੜਦਾ। ਹੋਰ ਚੱਲ ਇੰਨਾ ਕੁ ਤਾਂ ਮੰਮੀ ਲੜਦੀ ਹੁੰਦੀ ਘਰ 'ਚ, ਪਰ ਐਂ ਥੋੜੋ ਵੀ ਆ ਵੀ ਲੜਾਈ ਕਰਕੇ ਲੰਘ ਗਿਆ ਜਾਂ ਮੈਂ ਕੁੱਟ ਕੇ ਕੱਢਤਾ ਜਾਂ ਉਹਨੇ ਮੈਨੂੰ ਕੁੱਟ ਕੇ ਆਪ ਲੰਘ ਗਿਆ। ਨਾ ਨਾ ਇਹ ਜਿਹੀ ਤਾਂ ਗੱਲ ਕਾਹਨੂੰ ਹੋਈ, ਇਹ ਤਾਂ ਗੱਲ ਹੈ ਨਾ ਵੀਰ ਜੀ, ਬਿਨਾਂ ਕੋਈ ਗੱਲ ਤੋਂ ਬਾਪੂ ਜੀ ਇੱਦਾਂ ਕਿੱਦਾਂ ਚਲੇ ਗਏ? ਕੁਛ ਨੀ ਹੋਇਆ ਗਗਨ, ਆਹੀ ਗੱਲਾਂ ਬਾਤਾਂ ਜੀਆਂ ਬਸ, ਹੈ ਨਾ। ਇੱਕ ਦਿਨ ਕਹਿੰਦਾ ਮੈਂ ਨਹਾਉਣਾ ਗਾ, ਮਹਾਂ ਚੱਲ ਬਾਪੂ ਨਹਾ ਲੈ, ਕਹਿੰਦਾ ਮੈਂ ਤਾਂ ਮੋਟਰ 'ਤੇ ਨਹਾਉਂਗਾ। ਮੈਂ ਜੀ ਉਹਨੂੰ ਮੋਟਰ 'ਤੇ ਲੈ ਗਿਆ, ਕਹਿੰਦਾ ਮੈਂ ਤਾਂ ਸਰੋਵਰ 'ਚ ਨਹਾਉਂ। ਮੈਂ ਕਿਹਾ ਹੁਣ ਸਰੋਵਰ ਕਿੱਥੋਂ ਲੈ ਕੇ ਆਈਏ, ਚੱਲ ਮੈਂ ਗੁਰਦੁਆਰਾ ਸਾਹਿਬ ਲੈ ਗਿਆ, ਕਹਿੰਦਾ ਮੈਂ ਤਾਂ ਸਮੁੰਦਰ 'ਚ ਨਹਾਉਂ। ਇਹੋ ਜਿਹੀ ਹਰਕਤਾਂ ਲੱਗਦਾ ਹੁਣ ਤਾਂ ਕਰਨ। ਮੈਂ ਤੈਨੂੰ ਤਾਂ ਨਹੀਂ ਕਿਹਾ ਵੀ ਚੱਲ ਸਿਆਣਾ ਉਮਰ ਹੈਗਾ, ਹੈ ਨਾ ਵੀ ਚੱਲ ਠੀਕ ਹੋ ਜੂਗਾ, ਇਹੋ ਜਿਹੇ ਲੱਗਦਾ ਗੱਲਾਂ ਕਰਨ। ਹੁਣ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਤੈਨੂੰ ਦੱਸਦੇ ਪੁੱਤ ਤੇਰੇ ਵੀ ਹਾਲ ਪੈ, ਹੋਰ ਤੈਨੂੰ ਟੈਨਸ਼ਨ ਨਹੀਂ ਕਰਦੇ ਤੁਸੀਂ ਇੱਕ ਵਾਰੀ ਦੱਸਦੇ ਤਾਂ ਸਹੀ ਵੀ। ਓਹੋ ਮੈਨੂੰ ਐਂ ਲੱਗਿਆ ਵੀ ਗਰਮੀ ਆ, ਚੱਲ ਸਿਆਣਾ ਸਰੀਰ ਹੈ, ਦਾਰੂ ਦੂਰੂ ਵੀ ਬਹੁਤੀ ਲੱਗ ਗਿਆ ਤਾਂ ਪੀਣਾ, ਰੋਜ਼ੇ ਰੈਲੀਆਂ 'ਚ ਉਹ ਸਰਪੰਚ ਨੇ ਖਰਾਬ ਕਰਤਾ ਮੰਮੀ ਅਸਲ 'ਚ। ਕੀ ਪਤਾ ਮੈਂ ਸਮਝਾਉਂਦੀ ਬਾਪੂ ਜੀ ਨੂੰ ਤਾਂ ਸਮਝ ਜਾਂਦੇ ਹੋ, ਸਵਾਲ ਕਰਦਾ ਪਰ ਸਾਨੂੰ ਐ ਲੱਗਿਆ ਵੀ ਤੈਨੂੰ ਬੁਲਾਉਂਗੇ ਤੂੰ ਬੋਲੂਗੀ,
ਤੇਰੇ ਨਾਲ ਲੜੂਗਾ ਫਿਰ ਚੰਗਾ ਲੱਗਦਾ ਹੈ ਨਾ ਹੋਰ ਪਤਾ ਨਹੀਂ ਤੇ ਲੱਗਦਾ ਬੋਲਣ ਦਾ ਤਾਂ ਹੈਗੇ ਤਾਂ ਆਪਣੇ ਹੀ ਵੀਰ ਜੀ ਚਲ ਹੈਗੇ ਤਾਂ ਆਪਣੇ ਹੀ ਫਿਰ ਹੁਣ ਆਹ ਹੁਣ ਪਤਾ ਸੀ ਵੀ ਐਂ ਲੰਘ ਜੂਗਾ ਵੀ ਇੰਨਾ ਬੁਰਾ ਹਾਲ ਹੋ ਜੂਗਾ ਚੱਲ ਕੋਈ ਨਾ ਤੂੰ ਰੋਟੀ ਰੋਟੀ ਖਾ ਲੈ ਚੱਲ ਤੂੰ ਕੋਈ ਨਹੀਂ ਤੂੰ ਐਂ ਕਰ ਆਹ ਚੰਗੇ ਲੱਗਦੇ ਕੱਪੜੇ ਪਾਏ ਹੋਏ ਹੈ ਤੂੰ ਕਰਮਜੀਤ ਨੂੰ ਕਹਿ ਤੈਨੂੰ ਹੋਰ ਸੂਟ ਕੱਢ ਕੇ ਦਊਗੀ ਹੈ ਨਾ ਹੋਰ ਸੂਟ ਪਾ ਲੈ ਹੋਰ ਸੂਟ ਪਾ ਲੈ ਕੋਈ ਨਹੀਂ ਮੈਂ ਜਾ ਕੇ ਹੋਰ ਪਾਸੇ ਦੇਖ ਆਉਂਦਾ ਮੈਂ ਦੋਸਤਾਂ ਕੋਲ ਦੁਬਾਰੇ ਜਾ ਆਉਂਦਾ ਤੁਸੀਂ ਜਾ ਕੇ ਚੰਗੇ ਤਰੀਕੇ ਨਾਲ ਦੇਖ ਕੇ ਆਓ ਵੀ ਹਾਂ ਠੀਕ ਹੈ ਬਹੁਤ ਟੈਨਸ਼ਨ ਹੋ ਰਹੀ ਹੈ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਨਾ ਕਰ ਠੀਕ ਹੈ ਹਾਂ ਤੂੰ ਜਾ ਕੱਪੜੇ ਕੁਪੜੇ ਬਦਲ ਲੈ ਕਰਮਜੀਤ ਨੂੰ ਕਹਿ ਸੂਟ ਪਾ ਲੈ ਕੋਈ ਹਾਂ ਨਾਲੇ ਰੋਟੀ ਰੋਟੀ ਖਾ ਲੈ ਯਾਰੀ ਰੋਟੀ ਖਵਾ ਕੇ ਕਰਨੂੰ ਹੈ ਮੇਰੀ ਘਾਬਰੀ ਫਿਰਦੀ ਹੈ ਇਹਨੂੰ ਦੂਰ ਰੱਖਿਓ ਕਰਮਜੀਤ ਨੂੰ ਇਸ ਤੋਂ ਜੇ ਕਰਮਜੀਤ ਨੇ ਦੱਸਤਾ ਵੀ ਐਂ ਤਾਂ ਗੱਲ ਹੋ ਗਈ ਔਖਾ ਹੋ ਜਾਣਾ ਆਪਾਂ ਨੂੰ ਹੋਰ ਸਿਰਫ਼ ਖੜਾ ਹੋਰ ਕਦੇ ਆਪਣੇ ਕੋਲ ਰਿਪੋਰਟ ਲਿਖਾ ਦੇਵੇ ਵੀ ਮੇਰਾ ਪਿਓ ਉਹਨਾਂ ਨੇ ਕੱਢਿਆ ਕਰਮ ਹਾਂ ਕੋਈ ਪਤਾ ਨਹੀਂ ਲੱਗਦਾ ਗੱਲ ਕਿੱਥੋਂ ਨਾ ਬਗਾ ਗਿਆ ਭਾਬੀ ਦੇ ਮੂੰਹ ਨੂੰ ਦੇਖ ਕੇ ਲੱਗਦਾ ਉਹ ਕੁਝ ਕਹਿਣਾ ਚਾਹੁੰਦੇ ਸੀ ਪਰ ਉਹਨਾਂ ਦੇ ਮੂਹਰੇ ਕਿਹਾ ਨਹੀਂ ਮੈਂ ਇਸ ਮਾਂ ਪੁੱਤ ਨੂੰ ਜਾਣਦੀ ਹਾਂ ਇਹ ਬੰਗ ਗੱਲਾਂ ਕਮਾ ਰਹੇ ਨੇ ਹੋਰ ਕੁਛ ਨਹੀਂ ਕਿਉਂਕਿ ਕਦੇ ਇਹ ਕੁਛ ਕਹਿੰਦੇ ਨੇ ਕਦੇ ਇਹ ਕੁਛ ਬਾਪੂ ਜੀ ਬਿਨਾਂ ਗੱਲ ਤੋਂ ਘਰ ਤੋਂ ਚੰਗ ਚਲੇ ਗਏ ਅਤੇ ਇਹਨਾਂ ਨੇ ਕੁਛ ਲੱਭਿਆ ਵੀ ਨਹੀਂ ਅਸਲੀ ਗੱਲ ਤਾਂ ਮੈਨੂੰ ਲੱਗਦਾ ਭਾਬੀ ਤੋਂ ਹੀ ਪਤਾ ਲੱਗੂਗੀ ਕਿਉਂਕਿ ਇੱਕ ਗੱਲ ਹੋਰ ਇੰਨੀ ਵੱਡੀ ਗੱਲ ਹੋ ਗਈ ਅਤੇ ਇਹਨੇ ਦੋਹਾਂ ਦੇ ਮੂੰਹ 'ਤੇ ਕੋਈ ਵੀ ਟੈਨਸ਼ਨ ਅਤੇ ਘਬਰਾਹਟ ਨਹੀਂ ਕੁਛ ਤਾਂ ਦਾਲ ਚ ਕਾਲਾ ਹੈ ਭਾਬੀ ਨਾਲ ਗੱਲ ਕਰਨੀ ਪੈਣੀ ਹੈ ਮੈਨੂੰ ਕਰਦੀ ਹਾਂ ਗੱਲ ਤਿੰਨ ਚਾਰ ਦਿਨ ਹੋ ਗਏ ਵਿਚਾਰੀ ਗਗਨ ਵੀ ਘਰੋਂ ਦੌੜ ਕੇ ਆਈ ਭੱਜ ਕੇ ਹੈ ਉਸੇ ਟਾਈਮ ਫਿਕਰ ਕਰਦੀ ਸਭ ਨੂੰ ਫਿਕਰ ਹੈ ਤੇਰੀ ਭੈਣ ਨੂੰ ਫਿਕਰ ਹੈ ਯਾਰ ਦੱਸ ਬਾਪੂ ਨੇ ਕਹਿੰਦਾ ਸਾਰੇ ਜੱਬ ਚ ਪਾ ਦੇ ਦੱਸ ਵੀ ਤੂੰ ਦੱਸ ਕੇ ਤਾਂ ਜਾ ਮੇਰੇ ਯਾਰ ਦਾ ਰੋਟੀ ਮੈਂ ਤੈਨੂੰ ਦੱਸਦਾ ਮੰਮੀ ਦਾ ਸਿਰ ਦੁਖਦਾ ਸੀ ਮੈਂ ਦਵਾਈ ਦਵਾਉਣ ਲੰਘ ਗਿਆ ਕਰਮਜੀਤ ਕਹਿੰਦੀ ਚੱਲ ਮੈਂ ਪਿੱਛੇ ਕੱਪੜੇ ਜੇ ਧੋਣੀ ਹੈਗੀ ਹੈ ਨਾ ਚੱਲ ਛੱਡ ਕੇ ਲੰਘ ਗਿਆ ਬਾਪੂ ਘਰੇ ਹੈ ਨਹੀਂ ਸੀ ਉਸ ਟਾਈਮ ਹੈ ਨਾ ਸਾਡੇ ਜਾਣ ਤੋਂ ਬਾਅਦ ਬਾਪੂ ਘਰੇ ਆਇਆ ਕਰਮੀ ਨਾਲ ਗੱਲਬਾਤ ਕਰੀ ਚੱਲ ਕਹਿੰਦੀ ਬਾਪੂ ਤੁਸੀਂ ਬੈਠੋ ਮੈਂ ਕੱਪੜੇ ਚੱਕਿਆ ਪਿੱਛੇ ਤੁਹਾਨੂੰ ਚਾਹ ਕਰਕੇ ਦਿੰਦੀ ਹੈ ਉਹ ਕੱਪੜੇ ਕੁੱਪੜੇ ਚੱਕ ਕੇ ਪਿੱਛੇ ਬਾਪੂ ਹੈ ਨਹੀਂ ਸੀ ਚੱਲ ਇਹ ਵਿਚਾਰੀ ਨੇ ਹੁਣ ਗੱਲ ਸੋਚ ਲਈ ਵੀ ਕਿਤੇ ਉਹਨਾਂ ਪਰਾਂ ਹੋਣਾ ਅਸੀਂ ਘਰੇ ਆਏ ਹੈ ਨਾ ਆਹ ਦਵਾਈ ਦਵੂਈ ਦਵਾਈ ਗੱਲਬਾਤ ਕਰਕੇ ਬਾਪੂ ਕਿੱਥੇ ਬਾਪੂ ਕਿੱਥੇ ਬਾਪੂ ਕਿੱਥੇ ਪਤਾ ਹੀ ਨਹੀਂ ਲੱਗਿਆ ਵੀ ਕਿਆ ਹੋ ਗਿਆ ਸਮਝ ਨਹੀਂ ਲੱਗੀ ਹੋਰ ਸਾਡਾ ਤਾਂ ਆਪ ਦਿਮਾਗ ਅਪਸੈਟ ਹੋਇਆ ਵਾ ਗਾਣਾ ਸੀ ਰਿਪੋਰਟ ਨਹੀਂ ਲਿਖਾਈ ਲਿਖਾਈ ਥਾਣੇ 'ਚ ਸਦਰ ਥਾਣੇ 'ਚ ਲਿਖਾਈ ਰਿਪੋਰਟ ਯਾਰ ਤਿੰਨ ਦਿਨ ਹੋ ਗਏ ਜਾਂਦੇ ਨੂੰ ਵਿਚਾਰੇ ਉਹ ਵੀ ਵਿਚਾਰੇ ਕਹਿੰਦੇ ਭਾਜੀ ਲੱਭਦਾ ਨਹੀਂ ਬਾਪੂ ਕਰੀਏ ਹੋਰ ਪੂਰੀ ਮਦਦ ਕਰ ਰਹੇ ਹੈਗੇ ਨਹੀਂ ਇਹ ਥਾਣੇ ਵਾਲੇ ਨਹੀਂ ਰਾਹ ਦਿੰਦੇ ਮੈਨੂੰ ਲੱਗਦਾ ਵੀ ਇਹ ਜੀ ਗੱਲ ਮੈਂ ਤੈਨੂੰ ਦੱਸ ਦਿੰਦਾ ਅੱਛਾ ਐਮ ਐਲ ਏ ਨੇ ਫੋਨ ਕਰਤਾ ਐਮ ਐਲ ਏ ਕਹਿੰਦਾ ਗੱਲੇ ਕੋਈ ਨਹੀਂ ਚਾਹੇ ਤੇਰਾ ਭੋਜਾ ਮੇਰਾ ਬਾਪੂ ਪਤਾ ਐਮ ਐਲ ਏ ਨੇ ਕਿਉਂ ਕਰਤਾ ਫੋਨ ਕਿਉਂਕਿ ਆਪਣੇ ਬਾਪੂ ਰੈਲੇ ਜਾਂਦਾ ਰਹਿੰਦਾ ਤਾ ਐਮ ਐਲ ਏ ਦਾ ਘਰੇ ਆਉਣਾ ਜਾਣਾ ਤਾ ਉਹ ਬੇਚਾਰਾ ਉਹ ਤਾਂ ਉਸੇ ਟਾਈਮ ਭੱਜਿਆ ਐਮ ਐਲ ਏ ਸਾਹਿਬ ਤਾਂ ਨਾਲ ਮੇਰੇ ਥਾਣੇ ਗਏ ਇਹੋ ਜਿਹੀ ਗੱਲ ਨਹੀਂ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਪਤਾ ਕੀ ਗੱਲ ਆ ਕਈ ਵਾਰੀ ਕਹਿ ਦਿੰਦੇ ਨੇ ਬੜੇ ਨਹੀਂ ਮੈਂ ਫੋਨ ਕਰਕੇ ਕਹਿ ਦਿੰਦਾ ਖਬਰ ਪਤਾ ਹੀ ਲੱਭ ਜਾਵੇ ਪਹਿਲਾਂ ਦੇਖ ਲੈਣ ਦੋ ਹੁਣ ਉਹ ਕਹੂਗਾ ਵੀ ਮੇਰੀ ਸਿਫਾਰਸ਼ ਆਈ ਨਹੀਂ ਕੋਈ ਐਮ ਐਲ ਏ ਨੂੰ ਗੁੱਸਾ ਲੱਗੂਗਾ ਹੋ ਰਿਹਾ ਵੀ ਮੇਰੀ ਸਿਫਾਰਸ਼ ਆਈ ਨਹੀਂ ਤੁਸੀਂ ਛੋਟੇ ਅਫਸਰਾਂ ਦੇ ਸਿਫਾਰਸ਼ਾਂ ਪਵਾਈ ਜਾਂਦੇ ਹੋ ਵੀਰੇ ਕੀ ਪਤਾ ਉਹ ਸਹੀ ਕਹਿ ਰਹੇ ਨੇ ਉਹਨਾਂ ਦੀ ਜਾਣ ਪਛਾਣ ਨਾਲ ਹੀ ਸਾਡਾ ਕੰਮ ਬਣ ਜੇ ਸਾਨੂੰ ਤਾਂ ਕੰਮ ਹੋਣ ਨਾਲ ਮਤਲਬ ਹੈ ਨਾ ਨਹੀਂ ਗਗਨ ਤੁਸੀਂ ਤਾਂ ਨਾ ਉਹੀ ਧੱਕਾ ਕਰੀ ਜਾਂਦੇ ਹੋ ਜਗਰੂ ਮੈਂ ਤੇਰੀ ਗੱਲ ਸਮਝਦਾ ਤੇਰਾ ਮਾਸੜ ਸੀ ਮੈਂ ਸਮਝਦਾ ਗੱਲ ਨੂੰ ਪਰ ਜਦ ਹੁਣ ਸਿਫਾਰਸ਼ ਪਵਾਈ ਹੋਈ ਹੈ ਯਾਰ ਐਮ ਐਲ ਏ ਨੇ ਵੀ ਉਹੀ ਕੰਮ ਕਰਨਾ ਗਾ ਸੀ ਨਾਲੇ ਦੇਖ ਕਿਹਾ ਜਾ ਤਾਂ ਸੋਗ ਹੋਇਆ ਪਿਆ ਘਰ ਚ ਮੰਮੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਵੀਰ ਜੀ ਜਦ ਮੇਰੇ ਘਰ ਆਉਂਦੇ ਨੇ ਤਾਂ ਉਹ ਚਾਹ ਪਾਣੀ ਪੀ ਕੇ ਨੀ ਜਾਂਦੇ ਉਹ ਨਾਲੇ ਚਾਹ ਪਾਣੀ ਪੁੱਛਦੇ ਨੇ ਤਾਂ ਕੀ ਹੋ ਗਿਆ ਰਿਸ਼ਤੇਦਾਰ ਹੀ ਨੇ
ਇੰਨਾ ਚੱਲਦਾ ਮੰਮੀ, ਤੁਸੀਂ ਜ਼ਿਆਦਾ ਨਾ ਸੋਚੋ। ਨਹੀਂ ਨਹੀਂ, ਮੈਂ ਤਾਂ ਐਵੇਂ ਉਹ ਕਹਿੰਦੀ ਤੀ, ਮੈਂ ਕਿਹਾ ਟਾਈਮ ਲੱਗੂਗਾ ਮੁੰਡੇ ਨੂੰ, ਲੇਟ ਹੋਊਗਾ ਨਾ, ਜਾਣਾ ਹੋਊਗਾ, ਕੋਈ ਟਾਈਮ ਨਹੀਂ ਲੱਗਣਾ, ਇੰਨਾ ਤਾਂ ਚੱਲਦਾ। ਕੰਮ ਕਰਾ ਦਿੰਦਾਗਾ। ਭਾਬੀ ਤੁਸੀਂ ਬਣਾ ਕੇ ਲਿਆਓ ਚਾਹ। ਨਹੀਂ ਨਹੀਂ ਗਗਨ, ਮਾਸੀ ਜੀ ਨੇ ਠੀਕ ਕਹਿ ਰਹੇ ਨੇ, ਇਹੋ ਜਿਹੇ ਮਾਹੌਲ ਦੇ ਵਿੱਚ ਚਾਹ ਪਾਣੀ ਕਿੱਥੇ ਸੋਚਦਾ। ਚਲੋ ਠੀਕ ਆ, ਮੈਂ ਚੱਲਦਾ। ਵੀਜੀ ਬਹਿ ਜਾਓ, ਕੋਈ ਚੱਕਰ। ਉਹ ਨਹੀਂ, ਮੈਂ ਤਾਂ ਲੰਘਦਾ ਲੰਘਦਾ ਖਬਰ ਲੈਣ ਆ ਗਿਆ ਸੀ, ਮੈਂ ਕਿਹਾ ਵੀ ਮਾਸਟਰ ਜੀ ਦਾ ਪਤਾ ਲੱਗਿਆ ਕਿ ਨਹੀਂ ਲੱਗਿਆ। ਚਲੋ ਫਿਰ ਵੀ ਭਾਜੀ, ਜੇ ਫਿਰ ਵੀ ਮੇਰੇ ਤਾਂ ਕੋਈ ਕੰਮ ਹੋਇਆ ਨਾ ਤਾਂ ਦੱਸ ਦਿਓ, ਆਪਣਾ ਬੰਦਾ ਲੱਗਿਆ ਹੋਇਆ, ਜੇ ਮੰਤਰੀ ਮੁੰਤਰੀ ਨੇ ਨਾਰਾ ਦਿੱਤਾ ਕੋਈ। ਹਾਂ ਫਿਰ ਤਾਂ ਹੈ ਨਾ, ਕਹਾਂਗੇ ਜੀ, ਦੱਸਾਂਗੇ ਤਾਂ ਦੱਸਾਂਗੇ, ਫਿਰ ਤਾਂ ਘਰ ਦਾ ਬੰਦਾ ਨਿਕਲਿਆ ਹੈ ਨਾ। ਹਾਂ ਕੋਈ ਨਹੀਂ, ਕੋਈ ਨਹੀਂ, ਕਹਾਂਗੇ ਜੀ। ਠੀਕ ਹੈ ਮਾਸੀ, ਚੰਗਾ ਭਣੇ। ਹਾਂ ਠੀਕ ਠੀਕ ਹੈ। ਉਹ ਨੂੰ ਕਾਲੀ ਸੀ ਨਾ ਨੂੰ, ਹੋਰ ਬਚਾਰਾ ਹੈ ਨਾ, ਟੈਨਸ਼ਨ ਜੀ ਲੱਗਿਆ ਉਹ ਵੀ। ਹਾਂ ਹਾਂ ਮੈਂ ਫੋਨ ਸੁਣ ਕੇ। ਹਾਂ ਹਾਂ ਠੀਕ ਠੀਕ ਹੈ। ਨਾਲੇ ਆ ਗਗਨ ਨੂੰ, ਇਹਨੂੰ ਵੀ ਕਿਹਾ ਮਾੜਾ ਜਿਹਾ ਘਰੇ ਜਾਵੇ ਆਪਦੇ, ਇਹ ਇੱਥੇ ਰਹਿੰਦੀ ਹੈ ਹੀ, ਮੈਨੂੰ ਟੈਨਸ਼ਨ ਹੁੰਦੀ ਵੀ ਸੱਚ ਨਾਲ ਪਤਾ ਲੱਗ ਜਾਏ ਇਹਨੂੰ। ਚੱਲ ਪੁੱਤ ਕੋਈ ਨਾ, ਤੂੰ ਵੀ ਟੈਨਸ਼ਨ ਨਾ ਕਰ, ਆ ਜਾਊਗਾ ਆਪੇ, ਆਰਾਮ ਆਇਆ ਪਿਆ ਘਰ 'ਚ, ਸ਼ਾਂਤੀ ਹੋਈ ਪਈ ਆ, ਨਹੀਂ ਸਾਰਾ ਦਿਨ ਲੜਾਈਆਂ ਕਰਦਾ ਤੇ ਇੱਥੇ ਕੀ ਕਰਾਉਣਾ, ਜਾਣ ਦੇ ਭਰਾਉਂਦਾ ਪਏ ਹੁਣ। ਬੋਲ ਹੌਲੀ ਬੋਲ, ਟੈਨਸ਼ਨ ਤਾਂ ਦੇਖੋ ਮੈਨੂੰ ਮੰਮੀ ਅਤੇ ਵੀਰ ਜੀ ਦੀਆਂ ਗੱਲਾਂ 'ਤੇ ਬਿਲਕੁਲ ਵੀ ਯਕੀਨ ਨਹੀਂ ਹੈ, ਮੈਨੂੰ ਤੁਹਾਡੇ ਤੋਂ ਇੱਕ ਹੈਲਪ ਚਾਹੀਦੀ ਹੈ। ਮੈਨੂੰ ਲੱਗ ਰਿਹਾ ਕੁਛ ਹੋਰ ਗੱਲ ਹੈ, ਇਹ ਕੁਛ ਨਾ ਕੁਛ ਲੁਕਾ ਰਹੇ ਨੇ, ਦਾਲ 'ਚ ਕੁਛ ਤਾਂ ਕਾਲਾ ਹੈ ਵੀਰ ਜੀ। ਦੇਖੋ ਜੀ, ਲੱਗ ਤਾਂ ਮੈਨੂੰ ਵੀ ਰਿਹਾ ਸੀ ਕਿ ਜਦੋਂ ਮੈਂ ਥਾਣੇ ਦੀ ਗੱਲ ਕੀਤੀ ਹੈ ਨਾ, ਤਾਂ ਦੋਨਾਂ ਜਣਿਆਂ ਦੇ ਮੂੰਹ 'ਚ ਉੱਡ ਗਏ। ਇਹ ਤਾਂ ਹੈ, ਮੈਂ ਵੀ ਵੇਖਿਆ ਸੀ, ਇਹ ਤਾਂ ਕੋਈ ਗੱਲ 'ਤੇ ਨਹੀਂ ਆਉਂਦੇ ਸੀਗੇ ਕਿ ਵੀ ਹਾਂ ਚੱਲ ਤੂੰ ਵੀ ਪੁੱਛ ਲਾ, ਸਾਡੀ ਵੀ ਗੱਲ ਕੀਤੀ ਹੋਈ ਹੈ। ਸਹੀ ਗੱਲ ਹੈ, ਉਹ ਗੱਲਾਂ ਘੁਮਾ ਰਹੇ ਨੇ, ਉਹ ਕੁਛ ਤਾਂ ਹੈ ਜੋ ਲੁਕਾ ਰਹੇ। ਸਾਨੂੰ ਭਾਬੀ ਤੋਂ ਪਤਾ ਕਰਨਾ ਪੈਣਾ, ਭਾਬੀ ਨੂੰ ਸਭ ਕੁਛ ਪਤਾ, ਉਸ ਵੇਲੇ ਘਰ ਹੀ ਸੀਗੇ। ਅੱਛਾ ਫਿਰ ਇੱਦਾਂ ਕਰਦਾ, ਤੁਸੀਂ ਨਾ ਦੀਦੀ ਨਾਲ ਗੱਲ ਕਰਿਓ, ਮੈਂ ਜਾ ਕੇ ਫੋਨ 'ਤੇ ਗੱਲ ਸਾਰੀ ਸਮਝਾਉਂਦਾ, ਤੁਹਾਨੂੰ ਸੱਚ ਸੱਚ ਦੱਸ ਦੇਣਗੇ। ਠੀਕ ਹੈ ਨਾ? ਠੀਕ ਆ ਵੀਰ ਜੀ, ਪਲੀਜ਼ ਤੁਸੀਂ ਕਰਿਓ ਭਾਬੀ ਜੀ ਨਾਲ ਗੱਲ, ਮੈਨੂੰ ਬਾਪੂ ਜੀ ਦੀ ਬਹੁਤ ਟੈਨਸ਼ਨ ਹੋ ਰਹੀ ਹੈ, ਪਤਾ ਨਹੀਂ ਉਹ ਕਿਸ ਹਾਲ 'ਚ ਨੇ। ਦੇਖੋ ਟੈਨਸ਼ਨ ਕਰਕੇ ਤਾਂ ਮੈਂ ਆਇਆ ਸੀ ਪਤਾ ਲੈਣ, ਪਰ ਮੈਂ ਜ਼ਿਆਦਾ ਤਾਂ ਨਹੀਂ ਬੋਲਿਆ, ਮੈਨੂੰ ਆਇਆ ਸੀ ਵੀ ਇਹਨਾਂ ਦੇ ਘਰ ਦਾ ਮਸਲਾ, ਜਿਵੇਂ ਉਹਨਾਂ ਨੂੰ ਠੀਕ ਲੱਗੇ। ਬਾਕੀ ਆਹ ਗੱਲ ਮੈਨੂੰ ਥੋੜ੍ਹੀ ਸਹੀ ਲੱਗਦੀ ਆ, ਮੈਂ ਦੀਦੀ ਨਾਲ ਗੱਲ ਕਰ ਲੈਣਾ, ਤੁਸੀਂ ਪਿਆਰ ਨਾਲ ਉਹਨਾਂ ਨੂੰ ਪੁੱਛ ਲਿਓ। ਪਲੀਜ਼ ਵੀਰ ਜੀ ਗੱਲ ਕਰਿਓ ਅਤੇ ਮੈਨੂੰ ਦੱਸੋ। ਕੋਈ ਗੱਲ ਨਹੀਂ, ਠੀਕ, ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ। ਭਾਬੀ ਬੈਠੋ, ਦੋ ਮਿੰਟ ਗੱਲ ਕਰਨੀ ਤੁਹਾਡੇ ਨਾਲ। ਨਾ ਦੀਦੀ, ਮੈਂ ਤੁਹਾਡੇ ਲਈ ਬੈਠ ਨਹੀਂ ਸਕਦੀ ਹੈਗੀ। ਕੀ ਗੱਲ ਹੋ ਗਈ ਭਾਬੀ? ਨਾ ਨਾ, ਤੈਨੂੰ ਪਤਾ ਫਿਰ ਉਹਨਾਂ ਦੇ ਘਰ ਆਏ ਕਿ ਪਏ ਹੋ? ਨਾ ਤੂੰ ਮੈਨੂੰ ਆਪਦਾ ਕੰਮ ਕਰਨ ਦੇ, ਤੂੰ ਆਰਾਮ ਨਾਲ ਬੈਠ। ਭਾਬੀ ਮੇਰੀ ਗੱਲ ਸੁਣ, ਦੇਖੋ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ, ਤੁਸੀਂ ਬਹਿ ਕੇ ਗੱਲ ਕਰੋ ਮੇਰੇ ਨਾਲ। ਮੈਂ ਤੇਰੇ ਕੋਲ ਨਹੀਂ ਬੈਠ ਸਕਦੀ, ਤੈਨੂੰ ਪਤਾ ਹੈਗਾ ਮੇਰੇ 'ਤੇ ਨੀਗਾ ਰੱਖੀ ਜਾਂਦੀ ਹੈਗੀ, ਆਹ ਬੰਨੇ ਤੇਰੇ ਮੂਹਰੇ ਹੱਥ। ਭਾਬੀ ਤੁਸੀਂ ਮੇਰੇ 'ਤੇ ਯਕੀਨ ਰੱਖੋ, ਮੈਂ ਕੁਛ ਨਹੀਂ ਹੋਣ ਦਿੰਦੀ। ਮੈਨੂੰ ਪਤਾ ਵੀਰ ਜੀ ਤੁਹਾਡੇ ਨਾਲ ਕਿੱਦਾਂ ਰਹਿੰਦੇ ਨੇ, ਉਹ ਤੁਹਾਡੇ ਨਾਲ ਮਾਰ ਕੁੱਟ ਵੀ ਕਰਦੇ ਨੇ। ਉਹ ਤੂੰ ਹੀ ਤਾਂ ਤੈਨੂੰ ਕਹਿ ਰਹੀ ਹੈ ਵੀ ਮੇਰੇ ਹੋਰ ਕੁੱਟ ਮਾਰ ਕਰਨਗੇ ਜੇ ਮੈਂ ਤੇਰੇ ਕੋਲ ਬਹਿਗੀ। ਮੈਂ ਉਹਨਾਂ ਨੂੰ ਕੁਛ ਨਹੀਂ ਦੱਸਾਂਗੀ, ਮੇਰੇ 'ਤੇ ਯਕੀਨ ਰੱਖੋ। ਤੁਸੀਂ ਦੱਸੋ ਹੋਇਆ ਕੀ ਹੈ, ਕੁਛ ਤਾਂ ਹੋਇਆ, ਬਾਪੂ ਜੀ ਇੱਦਾਂ ਤਾਂ ਨਹੀਂ ਚੱਲੇਗੀ। ਮੈਨੂੰ ਕੁਛ ਨਹੀਂ ਪਤਾ ਹੈਗਾ, ਮੈਨੂੰ ਆਪਣਾ ਕੰਮ ਕਰਨਾ। ਭਾਬੀ ਤੁਹਾਨੂੰ ਸਭ ਪਤਾ, ਦੇਖੋ ਹੁਣ ਤੁਸੀਂ ਮੇਰੀ ਮਦਦ ਕਰ ਸਕਦੇ ਹੋ, ਮੈਨੂੰ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਹੋ ਰਿਹਾ, ਮੈਨੂੰ ਲੱਗਦਾ ਕੁਛ ਤਾਂ ਗੜਬੜ ਹੈ। ਪਲੀਜ਼ ਤੁਸੀਂ ਮੇਰੇ 'ਤੇ ਯਕੀਨ ਰੱਖੋ, ਨਾਲੇ ਸਾਰੀ ਗੱਲ ਖੁੱਲ੍ਹ ਕੇ ਦੱਸੋ ਕਿ ਹੋਇਆ ਕੀ ਹੈ। ਮੈਂ ਤੁਹਾਡੇ ਨਾਲ ਹਾਂ, ਮੈਂ ਕੁਛ ਨਹੀਂ ਹੋਣ ਦੇਣਾ ਗੱਲ। ਉਹ ਤਾਂ ਠੀਕ ਹੈ, ਪਰ ਮੈਨੂੰ ਮੰਮੀ ਤੋਂ ਵੀ ਡਰ ਲੱਗਦਾ ਇੱਥੇ ਵਿਹੜੇ 'ਚ ਬੈਠੇ ਹੋਣੇ। ਮੈਂ ਹੈਗੀ ਨਾ, ਮੈਂ ਕੁਛ ਨਹੀਂ ਕਹਿਣਾ। ਤੂੰ ਤਾਂ ਵਗ ਜਾਏਂਗੀ ਆਪਦੇ ਘਰੇ, ਮੇਰੀ ਬੁਰੀ ਹਾਲਤ ਕਰਦੇ ਆ ਫਿਰ। ਦੇਖੋ ਮੇਰੇ ਘਰ ਵਾਲਾ ਬਾਹਰ ਗਿਆ ਹੋਇਆ, ਮੈਂ ਫ੍ਰੀ ਹਾਂ, ਮੈਂ ਬਿਲਕੁਲ ਵਿਹਲੀ ਹਾਂ, ਤਾਂ ਹੀ ਮੈਂ ਇੱਥੇ ਆਈ ਹਾਂ। ਮੈਨੂੰ ਲੱਗ ਰਿਹਾ ਕੁਛ ਗਲਤ ਹੈ, ਤਾਂ ਹੀ ਤਾਂ ਮੈਂ ਆਈ ਹਾਂ ਨਾ। ਤੁਸੀਂ ਮੇਰੇ 'ਤੇ ਯਕੀਨ ਰੱਖੋ, ਤੁਸੀਂ ਦੱਸੋ ਪੂਰੀ ਗੱਲ, ਦੱਸੋ ਕੀ ਹੋਈ ਹੈ। ਗੱਲ ਤਾਂ ਪਤਾ ਕੀ ਹੋਈ ਆ, ਮੈਂ ਤਾਂ ਨਾ ਕਮਰੇ 'ਚ ਸੀਗੀ, ਡੈਡੀ ਨਾਲ ਬਹੁਤ ਲੜ ਰਹੇ ਤੇ ਗਏ, ਅਤੇ ਦੋਨਾਂ ਨੇ ਕਹਿ ਤਾ ਮੰਮੀ ਅਤੇ ਇਹਨਾਂ ਨੇ ਤੇਰੇ ਵੀਰੇ ਨੇ ਵੀ ਤੂੰ ਵਗ ਜਾ ਇੱਥੋਂ ਘਰ ਤੋਂ, ਬਹੁਤ ਲੜੇ ਉਹਦੇ ਨਾਲ, ਤੂੰ ਤਾਂ ਘਰ ਛੱਡ ਕੇ ਲੱਗ ਗਏ। ਇੱਕ ਬਾਪੂ ਏ ਤੀ ਜਿਹੜੀ ਮੇਰੀ ਮਦਦ ਕਰਦੇ ਤੇ, ਉਹਨੂੰ ਵੀ ਘਰੋਂ ਕੱਢਤਾ, ਹੁਣ ਮੇਰੇ ਨਾਲ ਕੋਈ ਨਹੀਂ ਹੈਗਾ ਇੱਥੇ। ਭਾਬੀ ਮੈਂ ਤੁਹਾਡੇ ਨਾਲ ਹਾਂ, ਤੁਸੀਂ ਟੈਨਸ਼ਨ ਨਾ ਲਓ, ਬਾਪੂ ਜੀ ਨੂੰ ਇਹਨਾਂ ਨੇ ਬਹੁਤ ਗਲਤ ਕਰਕੇ ਭੇਜਿਆ ਘਰ। ਦੀਦੀ ਇਹ ਕਰੋ, ਤੁਸੀਂ ਨਾ ਕੁਛ ਵੀ ਕਰਕੇ ਬਾਪੂ ਜੀ ਨੂੰ ਲੱਭ ਲਓ, ਤੁਸੀਂ ਨਾ ਲੱਭੋ,
ਪਰ ਇਹ ਨਾ ਦੱਸਿਓ ਵੀ ਮੈਂ ਦੱਸਿਆਗਾ। ਭਾਬੀ ਮੈਂ ਕਿਸੇ ਨੂੰ ਕੁਛ ਨਹੀਂ ਦੱਸਾਂਗੀ, ਤੁਸੀਂ ਟੈਨਸ਼ਨ ਨਾ ਲਓ, ਸਾਰੀ ਗੱਲ ਮੇਰੇ 'ਤੇ ਛੱਡ ਦਿਓ। ਮੈਂ ਬਾਬੂ ਜੀ ਨੂੰ ਲੱਭ ਕੇ ਮੈਂ ਇੱਥੇ ਲੈ ਕੇ ਆਵਾਂਗੀ, ਮੈਂ ਸਾਰਾ ਕੁਛ ਠੀਕ ਕਰ ਦਾਂਗੀ, ਤੁਸੀਂ ਮੇਰੇ 'ਤੇ ਯਕੀਨ ਰੱਖੋ। ਬਸ ਠੀਕ ਹੈ, ਇਹ ਨਾ ਦੱਸੀ ਵੀ ਮੈਂ ਗੱਲ ਕੀਤੀ। ਕੁਛ ਨਹੀਂ, ਹਾਂ ਚਲ ਮੈਨੂੰ ਆਪਣਾ ਕੰਮ ਕਰਨ ਦੇ। ਕਿੰਨੇ ਗਲਤ ਲੋਕ ਨੇ, ਇੰਨਾ ਕੁਛ ਗਲਤ ਕਰਨ ਤੋਂ ਬਾਅਦ ਵੀ ਕਿੰਨੇ ਆਰਾਮ ਨਾਲ ਬਹਿ ਕੇ ਝੂਠ ਬੋਲਦੇ ਨੇ। ਇਹਨਾਂ ਲੋਕਾਂ ਨੂੰ ਤਾਂ ਨਰਕ 'ਚ ਵੀ ਜਗ੍ਹਾ ਨਹੀਂ ਮਿਲਣੀ। ਮੈਨੂੰ ਹੁਣ ਬਾਪੂ ਜੀ ਨੂੰ ਲੱਭਣਾ ਪੈਣਾ। ਰੱਬਾ ਪਲੀਜ਼ ਮੇਰੇ ਵਾਹਿਗੁਰੂ ਮੇਰੇ ਬਾਪੂ ਦੀ ਰਖਵਾਲੀ ਕਰੀ, ਧਿਆਨ ਰੱਖੀ ਉਹਨਾਂ ਦਾ ਨਾ। ਮੈਨੂੰ ਲੱਭਣਾ ਪੈਣਾ। ਕੀ ਕਹਿੰਦਾ, ਪਾਗਲ ਹੋ ਗਿਆ ਤਾਂ ਮੈਂ? ਅੱਛਾ, ਕੁਛ ਕਹਿ ਰਹੇ ਸੀਗੇ ਬਾਪੂ ਅੱਜ ਤੋਂ। ਮੈਂ ਪੁੱਛਦਾ ਇਹਨੂੰ ਜਾ ਕੇ, ਪਾਗਲ ਦੱਸਦਾ ਮੈਨੂੰ ਹੈ। ਘਰੋਂ ਮੈਨੂੰ ਕੱਢਿਆ ਆਪ ਬਾਹਰ, ਕਹਿੰਦਾ ਪਾਗਲ ਹੋ ਗਿਆ ਬੁੜਾ, ਆਪੇ ਚਲੇ ਗਿਆ। ਮੈਂ ਆਪੇ ਕਰੂੰ ਗੱਲ ਇਹਦੇ ਨਾਲ। ਉਹ ਗੁਰਿੰਦਰ, ਕਿੱਥੇ ਆ ਉਹ? ਗੁਰਿੰਦਰ ਬੁਲਾ ਉਹਨੂੰ ਮਾੜਾ ਜਿਹਾ। ਵੀਰ ਜੀ। ਉਹ ਲੈ ਬਾਪੂ ਜੀ ਆ ਗਏ। ਸਤਿ ਸ੍ਰੀ ਅਕਾਲ ਬਾਪੂ ਜੀ। ਉਹ ਚੱਲ ਪਰੇ, ਸਤਿ ਸ੍ਰੀ ਅਕਾਲ ਦਾ ਹੋਇਆ। ਸ਼ਰਮ ਤਾਂ ਨਹੀਂ ਆਉਂਦੀ? ਘੱਟੋ ਘੱਟ ਆਪਣੇ ਬਾਪੂ ਨੂੰ ਘਰੋਂ ਕੱਢਦੇ ਹੋਏ ਥੋੜੀ ਜਿਹੀ ਤਾਂ ਸ਼ਰਮ ਕਰ ਲੈਂਦੇ। ਮੈਂ ਕਦੋਂ ਘਰੋਂ ਕੱਢਿਆ ਡੈਡੀ? ਮੈਂ ਆ ਦੇਖਿਆ ਗੱਗਰ, ਮੈਂ ਕਿਹਾ ਸੀ ਨਾ ਔਲ ਮੌਲ ਚ ਗੱਲਾਂ ਕਰਦੇ ਆਲ ਮੇਰੇ ਨਾਲ ਅੱਗੇ ਲਾਣ। ਉਹ ਮੈਂ ਕਦੋਂ ਤੂੰ ਕਰਦਾ ਹੈ? ਮੈਨੂੰ ਦੱਸਦਾ ਹੈਗਾ ਨਾ ਔਲ ਮੌਲ ਦੀਆਂ ਗੱਲਾਂ ਕਰਦਾ। ਉਹ ਸ਼ਰਮ ਕਰ ਲੈ ਸ਼ਰਮ। ਆ ਕੀ ਕਿਹਾ ਸੀ ਕੁੜੀ ਨੂੰ ਵੀ ਮੈਂ ਪਾਗਲ ਹੋ ਗਿਆ, ਕੁਛ ਕੁਛ ਬੋਲੀ ਗਿਆ, ਘਰੋਂ ਚਲੇ ਗਿਆ? ਉਹ ਸਿੱਧਾ ਦੱਸ ਦਿੰਦਾ ਵੀ ਮੈਂ ਧੱਕੇ ਮਾਰ ਕੇ ਘਰੋਂ ਕੱਢਿਆ। ਮੰਮੀ ਦੇਖੀ ਲੈ ਡੈਡੀ ਨੂੰ ਕੀ ਦੱਸਦਾ ਹੈ, ਇਹ ਤਾਂ ਤੇਰੇ ਨਾਲੇ ਸੀ। ਤੁਸੀਂ ਨਾ ਗੱਲ ਕੇ ਮੰਮੀ। ਨਹੀਂ ਪੁੱਤ, ਇਹ ਜੀ ਕੋਈ ਗੱਲ ਨਹੀਂ ਹੈਗੀ। ਇਹ ਤੁਹਾਡੇ ਤੋਂ ਨਹੀਂ ਮੈਂ ਸੋਚਿਆ ਸੀ ਤੁਸੀਂ ਇਦਾਂ ਦਾ ਕਰੋਗੇ ਬਾਪੂ ਜੀ ਦੇ ਨਾਲ। ਓਏ ਸ਼ੁਕਰ ਕਰ, ਉਹ ਤਾਂ ਮੈਨੂੰ ਇੱਥੋਂ ਨਿਕਲਦੀ ਸਾਰਾ ਜਥਾ ਮਿਲ ਗਿਆ, ਕਹਿੰਦਾ ਚੱਲ ਮਨੀਕਰਨ ਸਾਹਿਬ ਚੱਲਦੇ ਆ। ਉੱਥੋਂ ਆ ਕੇ ਅਸੀਂ ਗੁਰਦੁਆਰੇ ਕੋਲ ਇਕੱਠੇ ਹੋਏ, ਇਹਨੇ ਮੈਨੂੰ ਦੇਖ ਲਿਆ ਤੇ ਸਾਰੀ ਗੱਲ ਦੱਸੀ, ਕਹਿੰਦੀ ਬਾਪੂ ਜੀ ਤੁਸੀਂ ਪਾਗਲ ਹੋ ਗਏ, ਉਹ ਤੁਸੀਂ ਮੈਨੂੰ ਪਾਗਲ ਵੀ ਬਣਾਤਾ, ਘਰੋਂ ਵੀ ਕੱਢਤਾ। ਹੈ ਆ ਚੰਗੀ ਗੱਲ ਆ ਵੀ ਤੁਹਾਡੀ ਵਾਲੀ? ਹੋਰ ਵੀ ਬਹੁਤ ਕੁਝ ਕਹਿ ਰਹੇ ਸੀਗੇ ਬਾਪੂ ਤੁਹਾਡੇ ਮੂਹਰੇ। ਹੋਰ ਕੀ ਕਹਿੰਦੇ ਆ? ਨਹੀਂ ਨਹੀਂ ਕੁਛ ਨਹੀਂ ਸੀ, ਕਹੀ ਇਹੀ ਜੀ ਗੱਲ ਨਹੀਂ ਹੈਗੀ, ਤੁਸੀਂ ਤਾਂ ਗੱਲ ਸੋਚੀ ਜਾਂਦੇ ਹੋ। ਹੋਰ ਕੋਈ ਗੱਲ ਸਰ? ਓਏ ਇਹ ਮਾਂ ਪੁੱਤ ਦੀ ਤਾਂ ਨਾ ਕਿਆ ਗੱਲ ਦੱਸੀਏ। ਆ ਲੈ ਆ ਗਈ ਮੇਰੀ ਧੀ, ਉਹ ਇਹਦਾ ਰੋਜ਼ ਕੁੱਟ ਸਿਆਪਾ ਕਰਦੇ ਤੇ, ਹੈ ਜੇ ਇਹਦੇ ਨਾਲ ਮੈਂ ਕੋਈ ਦੁੱਖ ਸੁੱਖ ਸਾਂਝਾ ਕਰਦਾ ਤਾਂ ਮੈਨੂੰ ਕਹਿੰਦੇ ਚੁਗਲੀਆਂ ਕਰਦਾ। ਉਹ ਤੁਸੀਂ ਤਾਂ ਇੰਨਾ ਗਿਰ ਕੇ ਯਾਰ, ਹੱਦ ਹੋ ਗਈ ਤੁਹਾਡੇ ਅੱਜ ਤਾਂ। ਹੈ ਮੈਂ ਸਾਰੀਆਂ ਹੱਦਾਂ ਪਾਰ ਕਰਦੀਆਂ ਡੈਡੀ। ਚਲੋ ਤੁਸੀਂ ਹੁਣ ਘਰੇ ਆ ਗਏ, ਚੰਗੀ ਗੱਲ ਹੈ, ਲੜਾਈ ਪੜਾਈ ਸੌ ਘਰ 'ਚ ਹੁੰਦੀ ਹੈ, ਐਂ ਥੋੜ੍ਹਾ ਘਰ ਛੱਡ ਕੇ ਜਾਈਦਾ। ਉਹ ਤਾਂ ਘਰ ਤਾਂ ਮੈਂ ਆਉਣਾ ਹੀ ਨਹੀਂ ਤਾ, ਉਹ ਤਾਂ ਮੈਨੂੰ ਇਹਨੇ ਦੱਸਤਾ ਵੀ ਤੁਹਾਨੂੰ ਕਹਿੰਦੇ ਵੀ ਪਾਗਲ ਹੋ ਗਏ ਘਰੋਂ ਗਿਆ। ਮੈਂ ਪਾਗਲ ਨਹੀਂ ਤਾ ਹੈਗਾ। ਵੀਰੇ ਜਿੱਦਾਂ ਦੀ ਕੋਈ ਗਲਤੀ ਕੀਤੀ ਹੈ ਨਾ, ਮੰਤਾ ਕਰਦਾ ਮੈਂ ਤੇਰੇ ਵੱਟ ਕੇ ਮਾਰਾਂ, ਪਰ ਉਹੀ ਹੈ ਨਾ ਤੂੰ ਮੇਰੇ ਤੋਂ ਵੱਡਾ ਹੈ। ਓਏ ਵੱਡਾ ਛੋਟਾ ਨਹੀਂ ਦੇਖੀਦਾ, ਜਾਂ ਗਲਤੀ ਹੁੰਦੀ ਹੈ ਫਿਰ ਤਾਂ ਸਿੱਟਦੀ ਤਾਂ ਹੁੰਦਾ ਹੈ। ਡੈਡੀ ਛੋਟੀ ਹੈ ਮੇਰੇ ਤੋਂ, ਤੂੰ ਹੱਥ ਚਕਾਏਗਾ ਹੁਣ? ਓਏ ਛੋਟੀ ਹੈ ਪਰ ਤੇਰੇ ਨਾਲੋਂ ਸਿਆਣੀ ਹੈ, ਤੂੰ ਤਾਂ ਬੜਾ ਤਾ, ਤੈਨੂੰ ਹੈ ਕੋਈ ਅਕਲ ਦੀ ਗੱਲ? ਮੇਰੇ ਕੋਲ ਸਾਰਾ ਕੁਛ ਲੁਕੋ ਲਿਆ ਤੁਸੀਂ, ਤੁਹਾਨੂੰ ਕੀ ਲੱਗਿਆ ਕਿ ਮੈਨੂੰ ਕੁਛ ਪਤਾ ਨਹੀਂ ਲੱਗੂਗਾ? ਮੈਨੂੰ ਤਾਂ ਉਸੇ ਦਿਨ ਸ਼ੱਕ ਹੋ ਗਿਆ ਸੀ ਮੰਮੀ। ਨਹੀਂ ਤੇ ਇਹੀ ਜੀ ਨਹੀਂ ਕੋਈ ਗੱਲ ਹੈਗੀ, ਤੈਨੂੰ ਐਵੇਂ ਲੱਗਦਾ। ਮੈਂ ਰੋਕਿਆ ਤਾਂ ਸੀ ਤੈਨੂੰ, ਬਸ ਕਰੋ ਹੁਣ ਉਹਨਾਂ ਨੂੰ ਵੀ ਸੱਚ ਬੋਲਣ ਤੋਂ ਰੋਕ ਦੋਗੇ? ਉਹ ਇਹਦੀ ਆਦਤ ਕਿੱਥੇ ਸੁਧਰਨੀ ਹੈ, ਹੁਣ ਵੀ ਅੱਖਾਂ ਦਿਖਾਉਂਦਾ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਤਾਂ ਜਾਨਵਰ ਹੈ, ਇਹਨੇ ਕਿਤੇ ਸਮਝਣਾ? ਜਿਹੜੇ ਗੁਰਦੁਆਰੇ ਚ ਮੈਂ ਕੱਟ ਕੇ ਆਇਆ ਰਾਤਾਂ, ਮੈਂ ਤਾਂ ਉਹ ਗੁਰਦੁਆਰੇ ਚ ਕਰਾ ਦੂੰਗਾ। ਸਾਨੂੰ ਕਹਿੰਦੇ ਪਾਲ ਕੱਟਾ ਬੜਾ ਕਰਿਆਗਾ, ਤੈਨੂੰ ਤਾਂ ਬੜਾ ਕਰਿਆ ਵੀ ਤੂੰ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ। ਹੁਣੇ ਮੈਂ ਤੁਹਾਨੂੰ ਜਾਇਦਾਦ ਦੀ ਪੜੀ ਹੈ। ਹਾਂ ਉੱਥੇ ਤੇ ਤੋਂ ਗਲਤੀ ਹੋ ਗਈ, ਤੂੰ ਗਲਤੀ ਮੰਨ ਲਿਆ। ਸਾਰਾ ਕੁਛ ਦਊਗੀ ਤੈਨੂੰ, ਸਾਰਾ ਕੁਛ ਮਿਲੂਗਾ ਤੈਨੂੰ ਘਰ ਜੋ ਕੁਛ ਹੈ। ਮੰਮੀ ਹਜੇ ਵੀ ਤੁਸੀਂ ਪਰਦੇ ਪਾ ਰਹੇ ਹੋ ਉਹਨਾਂ ਦੇ ਨਾਲ? ਨਹੀਂ ਪੁੱਤ, ਤੇਰੇ ਭਾਈ ਤੋਂ ਗਲਤੀ ਹੋ ਗਈ, ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਨੇ। ਮੈਂ ਨਾ ਹੁਣ ਆਪਣੀ ਜ਼ਮੀਨ ਜਾਇਦਾਦ ਆਪਣੀ ਮੂੰਹ ਦੇ ਨਾਂ ਕਰਵਾ ਦੇਣੀ ਹੈ, ਬਸ ਜਿਵੇਂ ਤੁਸੀਂ ਇਹਦੇ ਪਰ ਜ਼ੁਲਮ ਕਰੇ ਨਾ, ਹੁਣ ਇਹ ਤੁਹਾਡੇ ਪਰ ਕਰੂ, ਫਿਰ ਲੱਗੂ ਤੁਹਾਨੂੰ ਪਤਾ, ਨਾਲੇ ਆ ਜਿਹਦੇ ਪਿੱਛੇ ਲੱਗੀ ਹੈ ਲੱਗੀ ਰਹਿ, ਨਾਲੇ ਨੂੰਹ ਤੋਂ ਤੇਰੇ ਕੋਲੋਂ ਭਾਂਡੇ ਮੰਗਵਾਉਂ, ਫਿਰ ਲੱਗੂ ਤੈਨੂੰ ਪਤਾ। ਕਿਉਂ ਮੈਂ ਕੋਈ ਨਹੀਂ ਭਾਂਡੇ ਮੰਗਦੀ, ਐਂ ਕਾਹਤੋਂ ਭਾਂਡੇ ਮੰਗੂਗੀ ਮੈਂ? ਨਹੀਂ ਕੋਈ ਬੋਲ ਡੈਡੀ, ਚੱਲ ਠੀਕ ਹੈ,
मैं सॉरी मंगदा, मैं दिलो सॉरी मंगदा, हुण इहो जिहा काम ना करियो, गुस्से च सौ गल्लां बोलियां गईयां। आ देख लै, इह नहीं माफी मंगदी, इह तां माफी हुण मंगूगी। गल सुण लै धीए, इत्थे रहूंगे आपां, इहनां दोनां नूं गुरद्वारे भेजूंगे, उत्थे मांजनी भांडे। ਮੰਗ ਲੈ ਮਾਫੀ, ਕਿਆ ਹੁੰਦਾ ਕੁਛ ਨਹੀਂ। ਠੀਕ ਆ, ਜੇ ਤੇ ਘਰ ਦੇ ਚਾਰ ਭਾਂਡੇ ਨਹੀਂ ਮਾਂਜੇ ਜਾਂਦੇ, ਉੱਥੇ ਗੁਰਦੁਆਰੇ ਚ ਘੱਟੋ ਘੱਟ 20-25 ਟੋਕਰੇ ਦਾ ਮਾਂਜੂ ਜਾ ਕੇ। ਚੱਲ ਬਾਬਾ, ਮਾਫ ਕਰ ਦੋ। ਹਾਂ ਬਸ, ਮਾਫ ਕਰ ਦੋ ਸਾਨੂੰ, ਮਾਂ ਪੁੱਤੇ ਨੂੰ ਮਾਫ ਕਰ ਦੋ। ਹੋਰ ਤੁਸੀਂ ਉੱਪਰ ਆ, ਤਿੰਨੇ ਜਣੇ ਉੱਪਰ ਆ, ਹੁਣ ਤੁਸੀਂ ਤੁਸੀਂ ਜਿੱਤ ਗਏ, ਅਸੀਂ ਹਾਰ ਗਏ। ਹੋ ਕਹਿੰਦੀ ਤਿੰਨੇ ਜਣੇ ਉੱਪਰ, ਉਹ ਤੂੰ ਦੁਸ਼ਮਣੇ ਆ ਮੇਰੀ ਸ਼ੁਰੂ ਤੋਂ। ਚੱਲ ਡੈਡੀ, ਢੰਗ ਨਾਲ ਮੰਗ ਲੈ ਡੈਡੀ। ਮੈਂ ਜਿੱਤੋਂ ਮਾਫੀ ਮੰਗਦਾ, ਤੁਹਾਡਾ ਮਾਂ ਦਾ ਤੇ ਬਾਪੂ ਦੇ ਵਿੱਚ ਮੈਂ ਨਹੀਂ ਆਉਂਦਾ। ਜਿੱਦਾਂ ਤੁਸੀਂ ਮੇਰੀ ਇਹਦੀ ਲੜਾਈ ਵਿੱਚ ਨਾ ਆਓ, ਬਸ ਗੱਲ ਖਤਮ। ਮੈਂ ਨਹੀਂ ਤੈਨੂੰ ਤੰਗ ਕਰਦਾ ਇਸ ਤੇ ਬਾਅਦ। ਮੈਂ ਨਹੀਂ ਤੁਹਾਡੀ ਲੜਾਈ ਵਿੱਚ ਜਾਣਾ। ਮੇਰੀ ਗੱਲ ਸੁਣ ਲੈ, ਦੇਖ ਹੁਣ ਤੱਕ ਜਿੰਨਾ ਕੁਝ ਹੋ ਗਿਆ ਹੋ ਗਿਆ, ਜੇ ਹੁਣ ਤੂੰ ਨਾ ਮੇਰੀ ਧੀ ਨੂੰ ਤੰਗ ਕਰੂੰਗਾ, ਫਿਰ ਮੈਂ ਪੱਕਾ ਇਹ ਨੌ ਇਹਦੇ ਨਾਂ ਕਰਵਾ ਲੂੰਗੀ ਜ਼ਮੀਨ। ਹਾਂ ਗੁਰਿੰਦਰ, ਮੇਰੀ ਗੱਲ ਤੂੰ ਵੀ ਸੁਣ ਲੈ, ਅੱਜ ਤੋਂ ਕਰਮਜੀਤ ਸਾਡੀ ਨੌ ਨਹੀਂ ਧੀ ਹੈ, ਅਸੀਂ ਕੋਈ ਜ਼ੁਲਮ ਨਹੀਂ ਹੋਣ ਦਿੰਦੇ। ਓਏ ਜੇ ਇਹਨੂੰ ਕੋਈ ਤੰਗ ਕਰੇ ਸਹਿਲੇਗਾ ਤੂੰ? ਘਰੋਂ ਕੱਢੇ ਸਹਿਲੇਗਾ, ਮਾਰੇ ਕੁੱਟੇ ਸਹਿਲੇਗਾ? ਨਹੀਂ ਸਹਿ ਨਹੀਂ ਸਕਦਾ। ਫਿਰ ਹੋਰ ਦੀਆਂ ਧੀਆਂ ਬਰੇ ਜੋ ਕਰਨਾ ਹੁੰਦਾ ਹੈ ਬਰਾਬਰ ਹੁੰਦੀਆਂ ਨੇ ਸਭ ਦੀਆਂ। ਉਹ ਤਾਂ ਕਿਸੇ ਦੇ ਧੀ ਹੈ ਵੀਰ ਜੀ। ਚਲੋ ਠੀਕ ਹੈ, ਮੇਰੇ ਤਾਂ ਅਕਲ ਤੇ ਪਰਦਾ ਠੀਕ ਹੈ। ਕਰਮਜੀਤ, ਮੈਂ ਤੇਤੋਂ ਸੌਰੀ ਮੰਗਦਾ ਹੈ, ਮੈਂ ਤੈਨੂੰ ਅੱਜ ਤੋਂ ਕੁੱਟਦਾ ਮਾਰਦਾ ਨਹੀਂ। ਜਿੱਦਾਂ ਤੁਸੀਂ ਘਰ ਚਲਾਉਣਾ ਚਲਾਓ, ਮੈਂ ਤਾਂ ਡਿਊਟੀ ਤੇ ਜਾਊਂਗਾ, ਡਿਊਟੀ ਤੇ ਆਊਂਗਾ, ਜਿੰਨੇ ਪੈਸੇ ਕਮਾਉਂਗਾ ਘਰਾਂ ਦੇ ਦਿਆ ਕਰੂੰਗਾ। ਠੀਕ ਹੈ ਡੈਡੀ, ਤੈਨੂੰ ਵੀ ਤੰਗ ਨਹੀਂ ਕਰਦਾ। ਮੈਂ ਵੀ ਪੁੱਤ ਦੇ ਪਿਆਰ ਚੰਨੀ ਹੋ ਗਈ ਤੀ, ਤੇਰੇ ਤੇ ਜ਼ੁਲਮ ਕਰਦੀ ਰਹੀ, ਪਰ ਤੀ ਅੱਜ ਤੋਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਚੱਲ ਠੀਕ ਹੈ, ਖੁਸ਼ ਹੈ ਨਾ ਮੇਰੀ ਧੀ? ਹਾਂਜੀ। ਚਲੋ ਡੈਡੀ ਆ ਜਾਓ, ਬੈਠੋ, ਹੁਣ ਚਾਹ ਪਾਣੀ ਪੀਓ। ਮੰਮੀ ਲਿਆਓ ਚਾਹ ਪਾਣੀ ਲਿਆਓ। ਹਾਂ ਨਾ ਨਾ, ਤੂੰ ਇੱਥੇ ਆ ਜਾ, ਇੱਥੇ ਆ ਜਾ, ਤੂੰ ਲੈ ਕੇ ਆ। ਚੱਲ ਲਿਆ ਮੰਮੀ ਕੋਲ ਨਹੀਂ ਹੈ। ਮੰਮੀ ਤਾਂ ਚਾਹ ਬਣਵਾ ਕੇ ਦਿਓ। ਹਾਂ ਭਾਂਡੇ ਵੀ ਮਾਂਜੂ। ਪਾਪੀ ਆ ਜਾ, ਤੁਸੀਂ ਨਾਲ ਬੈਠੋ। ਆ ਇੱਧਰ ਆ ਜਾ, ਕੋਈ ਨਹੀਂ, ਆ ਜਾ। ਭਾਂਡੇ ਵੀ ਮਾਂਜੂ, ਇਹ ਤਾਂ ਹੁਣ ਤੂੰ ਦੇਖਦੀ ਜਾਈਂ। ਚੱਲ ਚੱਲ ਛੱਡ ਡੈਡੀ, ਹੁਣ ਜਿਹੇ ਜੀ ਮੰਨੂ ਆ ਕੇ ਲਾ ਗਈ, ਉਹਨੂੰ ਆ ਕੇ ਲਾ ਗਈ, ਛੱਡ ਪਰਾਂ ਰਹਿਣ ਦੇ, ਮਾਰ ਗੁੱਸੇ ਨੂੰ।